ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਅਖਬਾਰੀ ਸੱਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ 7 ਫਰਵਰੀ 2020 ਅਤੇ ਬਠਿੰਡੇ ਦਾ ਦਾਦੀ ਪੋਤੀ ਪਾਰਕ, ਪਾਰਕ ਦੇ ਵਿੱਚ ਸੱਤ ਅਤੇ ਸੱਤ ਵਾਲੇ ਸਾਥੀ, ਸਾਥੀਆਂ ਦੇ ਆਪਣੇ ਆਪਣੇ ਵਿਚਾਰ, ਆਪਣੀ ਆਪਣੀ ਸੋਚ, ਆਪਣੇ ਆਪਣੇ ਤਰਕ। ਸਾਰਾ ਹਰੇਕ ਆਦਮੀ, ਮੈਂ ਹਮੇਸ਼ਾ ਗੱਲ ਕਰਦਾ ਹੁੰਦਾ, ਸੱਤ ਦੇ ਵਿੱਚ ਹਰੇਕ ਆਦਮੀ ਆਪਣੇ ਵਿਚਾਰ ਰੱਖਣ ਲਈ ਆਜ਼ਾਦ ਹੈ। ਉਹਦੇ ਜਿਹੜੇ ਵਿਚਾਰ ਨੇ ਉਹ ਉਹਦੇ ਨਿੱਜੀ ਵਿਚਾਰ ਨੇ। ਇਹ ਜ਼ਰੂਰੀ ਨਹੀਂ ਵੀ ਸੱਤ ਦੇ ਵਿੱਚ ਜਿੰਨੇ ਬੰਦੇ ਬੈਠੇ ਨੇ ਉਹ ਉਹਨਾਂ ਵਿਚਾਰਾਂ ਨਾਲ ਸਹਿਮਤ ਵੀ ਹੋਵੇ, ਕਿਉਂਕਿ ਸੱਤ ਦੇ ਵਿੱਚ ਜਦੋਂ ਅਸੀਂ ਬੈਠਦੇ ਹਾਂ ਤਾਂ ਉਹਦੇ ਵਿੱਚ ਹਰ ਬੰਦਾ ਆਪੋ ਆਪਣੀ ਗੱਲ ਕਰਦਾ। ਗੱਲ ਜਿੰਨੀ ਕੁ ਸੱਤ ਦੇ ਵਿੱਚ ਹੁੰਦੀ ਹੈ ਉਹ ਸਮਾਜ ਸੁਧਾਰਕ ਸੋਚ ਲੈ ਕੇ ਜ਼ਰੂਰ ਹੁੰਦੀ ਹੈ ਕਿ ਇਹ ਦੇਖਿਆ ਜਾਵੇ ਕਿ ਸਮਾਜ ਦੇ ਵਿੱਚ ਕੀ ਹੋ ਰਿਹਾ ਅਤੇ ਕੀ ਨਹੀਂ ਹੋ ਰਿਹਾ। ਤਾਂ ਕੋਸ਼ਿਸ਼ ਮੇਰੀ ਸਾਰਿਆਂ ਨੂੰ ਇਹੀ ਹੁੰਦੀ ਵੀ ਇਹ ਕਹਿਣਾ ਕਿ ਯਾਰ ਆਪਾਂ ਸਮਾਜ ਦੇ ਹੱਕ ਦੀ ਜਿਹੜੀ ਗੱਲ ਕਰਦੇ ਹਾਂ ਉਹੀ ਸਾਰੇ ਅਸੀਂ ਕਰਦੇ ਹਾਂ। ਤਾਂ ਅੱਜ ਵੀ ਸਾਰੇ ਜਣੇ ਇਸੇ ਗੱਲ 'ਤੇ ਇਕੱਠੇ ਹੋਏ ਹਾਂ ਵੀ ਠੀਕ ਆ ਯਾਰ, ਵੀ ਕੀ ਹੋ ਰਿਹਾ। ਸ਼ੁਰੂਆਤ ਹੈ ਜਿਹੜੀ ਹਮੇਸ਼ਾ ਤਾਰੁਫ ਤੋਂ ਹੁੰਦੀ ਹੈ, ਇੰਟਰੋਡਕਸ਼ਨ ਤੋਂ ਹੁੰਦੀ ਹੈ। ਖੱਬੇ ਪਾਸੇ ਤੋਂ ਸ਼ੁਰੂਆਤ ਕਰਦਾ ਸਰਦਾਰ ਅਮਰਜੋਤ ਜੀ, ਉਸ ਤੋਂ ਬਾਅਦ ਸਰਦਾਰ ਕੁਲਦੀਪ ਸਿੰਘ ਜੀ, ਸਰਦਾਰ ਰਘਵੀਰ ਜੀ ਸੰਧੂ ਸਾਹਿਬ, ਸਾਡੇ ਸਰਦਾਰ ਸਿਕੰਦਰ ਸਿੰਘ ਜੀ, ਉਸ ਤੋਂ ਬਾਅਦ ਸੁਖਦੇਵ ਸਿੰਘ ਜੀ ਆਰਟਿਸਟ, ਉਸ ਤੋਂ ਬਾਅਦ ਰਸਵੀਰ ਉਪਲੀ ਜੀ, ਸਵਰਨ ਜੀ ਅਤੇ ਸਰਵਣ ਪੁੱਤ, ਅਤੇ ਉਸ ਤੋਂ ਬਾਅਦ ਰਮੇਸ਼ ਜੀ, ਮੈਂ ਸ਼ਮਿੰਦਰ ਸਿੰਘ ਵਿੱਕੀ। ਕੱਲ੍ਹ ਅਸੀਂ ਜਿਹੜੀ ਚਰਚਾ ਕਰ ਰਹੇ ਸੀਗੇ ਅਤੇ ਪ੍ਰੋਗਰਾਮ ਕਾਫੀ ਲੰਬਾ ਹੋ ਗਿਆ ਸੀ, ਅਤੇ ਮੈਂ ਉਸ ਵੇਲੇ ਕੁਛ ਸੁਖਦੇਵ ਸਿੰਘ ਜੀ ਕੁਛ ਕਹਿਣਾ ਚਾਹੁੰਦੇ ਸੀ ਸਾਡੇ ਵੱਡੇ, ਤਾਂ ਮੈਂ ਇਹ ਕਿਹਾ ਸੀ ਕਿ ਵੀ ਚਲੋ ਅੱਜ ਆਪਣੇ ਕੋਲ ਟਾਈਮ ਜਿਹੜਾ ਘੱਟ ਹੈ ਅਤੇ ਆਪਾਂ ਸ਼ੁਰੂਆਤ ਹੈ ਜਿਹੜੀ ਸਰਦਾਰ ਸੁਖਦੇਵ ਸਿੰਘ ਜੀ ਤੋਂ ਕਰਦੇ ਹਾਂ ਵੀ ਇਹਨਾਂ ਦਾ ਕੀ ਕਹਿਣਾ ਸੀ ਅਤੇ ਇਹ ਕੀ ਕਹਿਣਾ ਚਾਹੁੰਦੇ ਸੀ ਜਿਹੜੀ ਕੱਲ੍ਹ ਗੱਲ ਰਹਿ ਗਈ ਸੀ। ਜੀ ਪਿਆਰੇ ਦੋਸਤੋ, ਮੈਂ ਆਪਣੀ ਗੱਲ ਮੁੱਦੇ ਵਾਲੀ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਕਹਿਣੀ ਚਾਹੁੰਦਾ। ਮੈਂ ਕੋਟਸ਼ਮੀਰ ਸਕੂਲ 'ਚ ਨੌਕਰੀ ਕਰਦਾ ਸੀ, ਜਾਇਆ ਕਰਦਾ ਸੀ ਕਿਤੇ ਬੱਸ 'ਤੇ ਕਿਤੇ ਆਪਣੀ ਸਵਾਰੀ 'ਤੇ। ਇੱਕ ਦਿਨ ਮੈਂ ਬੱਸ 'ਤੇ ਬੈਠਾ ਅਤੇ ਉਹ ਡਰਾਈਵਰ ਨੇ ਗੱਡੀ ਜਦੋਂ ਅੱਡੇ 'ਚੋਂ ਕੱਢੀ ਉਹ ਬੜੀ ਜਿਵੇਂ ਅਸਤਬਾਜ਼ੀ ਚੱਲਦੀ ਇਸ ਤਰ੍ਹਾਂ ਕੱਢੀ ਅਤੇ ਸਾਰੀਆਂ ਸਵਾਰੀਆਂ ਡਰ ਗਈਆਂ, ਮੈਂ ਵੀ ਡਰ ਗਿਆ ਵੀ ਇਹ ਕੋਈ ਪੰਗਾ ਕਰੂਗਾ ਅੱਜ। ਤਾਂ ਦਿੱਲੀ ਵਾਲੀ ਰੇਲਵੇ ਲਾਈਨ ਦੇ ਹੇਠ ਜਿੱਥੇ ਹੁਣ ਪੁਲ ਬਣ ਗਿਆ, ਉਸ ਮੌਕੇ ਪੁਲ ਨਹੀਂ ਹੁੰਦਾ ਸੀਗਾ, ਉਹ ਫਾਟਕ ਟੱਪ ਕੇ ਐਂ ਇੱਕਦਮ ਖੱਬੇ ਪਾਸੇ ਨੂੰ ਕੂਣੀ ਮੋੜ ਸੀਗਾ ਸੜਕ ਦਾ, ਉਹ ਫਾਟਕ ਟਪਾ ਕੇ ਉਸਨੇ ਜਦੋਂ ਗੱਡੀ ਖੱਬੇ ਨੂੰ ਮੋੜਨੀ ਸੀ ਤਾਂ ਉਹ ਡਰਾਈਵਰ ਤੋਂ ਖੱਬੇ ਨੂੰ ਗੱਡੀ ਮੁੜੀ ਨਹੀਂ, ਇੱਕ ਸਾਹਮਣੋਂ ਗੱਡੀ ਆ ਗਈ, ਬੱਸ ਆਈ ਸੀ ਉਹਦੀ ਸਾਈਡ 'ਤੇ ਬੱਖੀ ਦੇ ਵਿੱਚ ਟਕਰਾ ਗਈ ਬੱਸ 'ਤੇ, ਐਕਸੀਡੈਂਟ ਹੋ ਗਿਆ। ਤਾਂ ਸਵਾਰੀਆਂ ਸਾਰੀਆਂ ਉਤਰ ਕੇ ਥੱਲੇ ਗੱਲਾਂ ਕਰਨ ਲੱਗੀਆਂ ਅਤੇ ਮੇਰੇ ਨਾਲ ਇੱਕ ਸਵਾਰੀ ਬੈਠੀ ਸੀ ਬਜ਼ੁਰਗ ਜਾਂ ਕੋਈ, ਮੈਂ ਉਦੋਂ ਵਾਹਵਾ ਹੁੰਦਾ ਸੀ, ਤਾਂ ਉਹਨੇ ਸਾਹਮਣੇ ਵਾਲੀ ਬੱਸ ਦੇ ਡਰਾਈਵਰ ਦਾ ਜਾ ਕੇ ਕਮੀਜ਼ ਫੜ ਲਿਆ ਅਤੇ ਉਹਨੂੰ ਕਹਿੰਦਾ ਵੀ ਤੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਤੂੰ ਮਰਵਾ ਕੇ ਰੱਖਦਾ ਸੀ। ਮੈਂ ਉਸਨੂੰ ਕਿਹਾ ਵੀ ਕਸੂਰ ਤਾਂ ਇਸ ਦਿੱਲੀ ਬੱਸ ਵਾਲੇ ਦਾ ਹੈਗਾ, ਗੱਡੀ ਤਾਂ ਇਹ ਗਲਤ ਚਲਾ ਰਿਹਾ ਸੀ ਅਤੇ ਤੂੰ ਇਹਨੂੰ ਕਿਉਂ ਕਹੀ ਜਾਂਦਾ। ਉਸ ਬੰਦੇ ਨੇ ਮੈਨੂੰ ਕਿਹਾ ਮੇਰਾ ਹੱਥ ਘੁੱਟ ਕੇ, ਇਹ ਤਾਂ ਕਹਿੰਦਾ ਆਪਣੀ ਬੱਸ ਹੈ। ਮੈਂ ਬੜਾ ਹੈਰਾਨ ਸੀ ਵੀ ਕਿਰਾਇਆ ਦੇ ਕੇ ਜਿਹੜੀ ਬੱਸ 'ਤੇ ਚੜ੍ਹੇ ਹੈ ਅਤੇ 2 ਮਿੰਟ 'ਚ ਬੱਸ ਅੱਡੇ ਤੋਂ ਫਾਟਕ ਤੀਕਰ ਜਾਂਦਿਆਂ ਉਹ ਬੱਸ ਸਾਡੀ ਬਣ ਗਈ, ਅਸੀਂ ਬੱਸ ਵਾਲੇ ਬਣ ਗਏ। ਤਾਂ ਇਹ ਗੱਲ ਮੇਰਾ ਦੱਸਣ ਤੋਂ ਮਤਲਬ ਇਹ ਸੀ ਕਿ ਹਰ ਇੱਕ ਬੰਦਾ ਕੋਈ ਨਾ ਕੋਈ ਕਿਸੇ ਬੱਸ 'ਤੇ ਚੜ੍ਹਿਆ ਹੋਇਆ ਹੈ, ਕੋਈ ਕਾਂਗਰਸ ਪਾਰਟੀ ਦੀ ਬੱਸ 'ਤੇ, ਕੋਈ ਅਕਾਲੀਆਂ ਦੀ ਬੱਸ 'ਤੇ, ਕੋਈ ਹੋਰ ਕਿਸੇ ਸਿਆਸੀ ਦੀ ਪਾਰਟੀ ਦੀ ਬੱਸ 'ਤੇ। ਤਾਂ ਉਹ ਇਹ ਨਹੀਂ ਦੇਖਦਾ ਕਿ ਗੱਲ ਅਸਲ ਕੀ ਹੈ, ਉਹ ਦੇਖਦਾ ਕਿ ਮੇਰੀ ਪਾਰਟੀ ਜਿਹੜੀ ਠੀਕ ਰਹੀ ਹੈ ਅਤੇ ਜਿਹੜਾ ਕੋਈ ਨੁਕਸ ਹੈ, ਜੇ ਕੋਈ ਕਿਸੇ ਥਾਂ ਠੇਡਾ ਵੱਜਿਆ, ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹ ਆਪਦੀ ਪਾਰਟੀ ਨੇ ਕੀਤੀ, ਦੂਜੇ ਦੇ ਸਿਰ ਲਾ ਦਿਓ।
ਤਾਂ ਇਹੋ ਜਿਹਾ ਕੁਛ ਪ੍ਰਭਾਵ 2-3 ਦਿਨ ਤੋਂ ਆਉਂਦਿਆਂ ਮੈਨੂੰ 1-2 ਬੁਲਾਰਿਆਂ ਦੇ ਵਿੱਚ ਇੱਥੇ ਲੱਗਿਆ ਸੀ। ਤਾਂ ਹੀ ਮੈਂ ਇਹ ਗੱਲ ਛੇੜੀ ਹੈ ਵੀ ਅਸੀਂ ਕਿਸੇ ਬੱਸ 'ਤੇ ਚੜ੍ਹੇ ਹੋਈਏ, ਮੇਰੇ ਦੋਸਤ ਜਿਹੜੇ ਬੈਠੇ ਕਿਸੇ ਬੱਸ 'ਤੇ ਚੜ੍ਹੇ ਹੋਣ, ਇੱਥੇ ਜਦੋਂ ਅਸੀਂ ਸੱਚ 'ਚ ਗੱਲ ਕਰਦੇ ਹਾਂ ਤਾਂ ਉਦੋਂ ਉਹ ਆਪਣੀ ਬੱਸ ਤੋਂ ਉਤਰ ਕੇ ਸਹੀ ਸੱਚਾਈ ਵਾਲੀ ਗੱਲ ਦੇ ਢੰਗ ਦੇ ਨਾਲ ਹੀ ਸਾਨੂੰ ਚੱਲਣਾ ਚਾਹੀਦਾ। ਮੈਂ ਹੁਣ ਮੇਰਾ ਟੌਪਿਕ ਹੈ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਬਿਜਲੀ ਬਾਰੇ ਹੈ। ਬਿਜਲੀ ਦੇ ਰੇਟਾਂ ਦਾ ਸਾਡੀ ਪਿਛਲੀ ਸਰਕਾਰ ਨੇ ਕੋਈ ਸਮਝੌਤਾ ਕਰ ਲਿਆ ਕਿਸੇ ਨਾਲ, 10 ਰੁਪਈਏ ਅਸੀਂ ਬਿਜਲੀ ਦੇ ਰਹੇ ਹਾਂ, ਬਿੱਲ ਦੇ ਰਹੇ ਹਾਂ, ਅਤੇ ਸਾਡੇ ਹਰਿਆਣੇ ਜਿਹੜਾ ਹੈਗਾ ਉਹ 4 ਰੁਪਈਏ ਚੱਲ ਰਿਹਾ। ਹੋਰ ਸਟੇਟਾਂ 'ਚ ਮੈਨੂੰ ਇਹ ਪਤਾ ਲੱਗਿਆ ਕਿ ਕੁਛ ਥੋੜ੍ਹਾ ਜਿਹਾ ਕਿ ਸਾਰੇ ਇੰਡੀਆ ਦੇ ਵਿੱਚ ਵੀ ਪੰਜਾਬ 'ਚ ਜ਼ਿਆਦਾ ਹੈ। ਅਤੇ ਬਿਜਲੀ ਜਦੋਂ ਕਿ ਪੰਜਾਬ ਵਿੱਚੋਂ ਹੀ ਪੈਦਾ ਹੁੰਦੀ ਹੈ, ਇੱਥੇ ਦਰਿਆਵਾਂ ਦਾ, 5 ਦਰਿਆਵਾਂ ਦਾ ਦੇਸ਼ ਹੈ ਇਹ, ਭਾਖੜਾ ਨਹਿਰ 'ਚੋਂ ਬਿਜਲੀ ਨਿਕਲਦੀ ਹੈ, ਉਹ ਦਿੱਲੀ ਚਲੀ ਜਾਂਦੀ ਹੈ, ਉੱਥੋਂ ਅਸੀਂ ਖਰੀਦਦੇ ਹਾਂ। ਹੋਰ ਥਾਵਾਂ 'ਤੇ ਇੱਥੇ ਕਈ ਨਹਿਰਾਂ 'ਤੇ ਵੀ 1-2 ਲੱਗੇ ਬਿਜਲੀ ਘਰ, ਪਰ ਸਾਨੂੰ ਬਿਜਲੀ ਮਹਿੰਗੀ ਮਿਲ ਰਹੀ ਹੈ। ਅਤੇ ਇਹਦੇ ਬਾਰੇ ਤਰਕ ਦਿੱਤਾ ਜਾਂਦਾ ਹੈ, ਹਾਲਾਂਕਿ ਮੈਂ ਕਹਿੰਦਾ ਹੁੰਦਾ ਕਿ ਮੈਂ ਤਾਂ ਕਲਾਕਾਰ ਹਾਂ, ਸਿਆਸੀ ਬੰਦਾ ਨਹੀਂ, ਪਰ ਕਲਾਕਾਰਾਂ ਦਾ ਵੀ ਸਮਾਜ ਦੇ ਦੁੱਖ ਦਰਦਾਂ ਦੇ ਵਿੱਚ ਹਿੱਸਾ ਪਾਉਣਾ ਬਣਦਾ ਹੁੰਦਾ। ਤਾਂ ਇਹ ਕਹਿੰਦੇ ਜੀ ਸਮਝੌਤਾ ਅਸੀਂ ਕਰ ਲਿਆ, ਸਮਝੌਤਾ ਨਹੀਂ ਤੋੜਿਆ ਜਾ ਸਕਦਾ। ਮੈਂ ਅੱਜ ਇਸ ਸੱਥ ਰਾਹੀਂ ਇਹ ਦੱਸਣਾ ਚਾਹੁੰਦਾ ਹੈ ਕਿ ਸਮਝੌਤੇ ਤਾਂ ਟੁੱਟਦੇ ਆ। ਜਦੋਂ ਆਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ, ਇਸ ਤੋਂ ਪਹਿਲਾਂ ਵਾਲੀ ਸਰਕਾਰ ਨੇ ਰਫੇਲ ਜੰਗੀ ਜਹਾਜ਼ ਦਾ ਸੌਦਾ ਕੀਤਾ ਸੀਗਾ ਉਹਦੇ ਨਾਲ ਫਰਾਂਸ ਨਾਲ, 500 ਕਰੋੜ ਦੇ ਵਿੱਚ ਜਹਾਜ਼ ਲੈਣਾ ਸੀਗਾ ਅਤੇ ਕੋਈ 26 ਜਹਾਜ਼ ਲੈਣੇ ਸੀ। ਅਤੇ ਇਹ ਸੀ ਕਿ 5-7 ਜਹਾਜ਼ ਕਿ ਮੈਨੂੰ ਯਾਦ ਨਹੀਂ ਅੰਕੜਾ ਕਿ ਕਿੰਨੇ ਤਾਂ ਉਹਨਾਂ ਨੇ ਉਹ ਲੈ ਕੇ ਆਉਣੇ ਸੀ, ਅਤੇ ਬਾਕੀ ਦੇ ਜਹਾਜ਼ ਫਰਾਂਸ ਵਾਲਿਆਂ ਨੇ ਇੰਡੀਆ 'ਚ ਬਣਾਉਣੇ ਸੀ ਆ ਕਿ ਤਾਂ ਕਿ ਉਹਦੀ ਟੈਕਨੋਲੋਜੀ ਸਾਡੇ ਮੁਲਕ ਨੂੰ ਟ੍ਰਾਂਸਫਰ ਹੋ ਜੇ। ਪਰ ਇਹ ਸਾਡੀ ਸਰਕਾਰ ਨੇ ਕੀ ਕੀਤਾ ਵੀ ਇਹ ਜਦੋਂ ਬਣ ਗਈ ਇਹਨਾਂ ਨੇ ਸਮਝੌਤਾ ਤੋੜਤਾ, ਉਹ ਤੋੜ ਕੇ 500 ਕਰੋੜ ਵਾਲਾ ਜਹਾਜ਼ 1600 ਕਰੋੜ 'ਚ ਲਿਆ, ਅਤੇ ਨਾਲ ਇਹ ਕਰਤਾ ਵੀ ਅਸੀਂ ਸਿੱਧਾ ਨਹੀਂ ਲੈਂਦੇ, ਸਾਡਾ ਤਾਂ ਇੱਕ ਕੰਪਨੀ ਉਹ ਲਊਗੀ, ਕੰਪਨੀ ਕਿਹੜੀ ਅੰਬਾਨੀ ਦੀ, ਉਹ ਤੁਰਤੀ ਅੰਬਾਨੀ ਨੇ ਕੰਪਨੀ ਬਣਾ ਲਈ, ਨਾ ਅੰਬਾਨੀ ਨੇ ਕਿਤੇ ਜਹਾਜ਼ ਬਣਾਇਆ ਨਾ ਕੀਤਾ, ਅਤੇ ਉਹਦੇ ਰਾਹੀਂ ਲਿਆ, ਤਾਂ ਬਾਕੀ ਦਾ 1100 ਕਰੋੜ ਤਾਂ ਅੰਬਾਨੀ ਨੂੰ ਮਿਲ ਗਿਆ, ਅਤੇ ਸਾਡੇ ਦੇਸ਼ ਨੂੰ ਘਾਟਾ ਪਿਆ। ਮੇਰਾ ਮਤਲਬ ਸੀ ਸਮਝੌਤਾ ਤੋੜਿਆ ਜਾ ਸਕਦਾ, ਸਮਝੌਤਾ ਤੋੜਨ ਦੀ ਤਾਂ ਕੋਈ ਗੱਲ ਨਹੀਂ। ਪਿਛਲੀ ਸਰਕਾਰ ਦਾ ਜਿਹੜੇ ਆਪਣੇ ਡਿਪਟੀ ਮੁੱਖ ਮੰਤਰੀ ਸੀ ਉਹ ਵਾਰ ਵਾਰ ਇੱਥੇ ਬਿਆਨ ਦੇ ਰਹੇ ਨੇ ਕਿ ਸਮਝੌਤਾ ਤੋੜ ਦੇਣ ਜੀ ਬਿਜਲੀ ਵਾਲਾ ਇਹ। ਅਤੇ ਅੱਛਾ ਜਦੋਂ ਇਹ ਮਤਲਬ ਸਮਝੌਤਾ ਉਹ ਵੀ ਟੀਜ਼ ਕਰ ਰਹੇ ਨੇ, ਤਾਂ ਸਮਝੌਤਾ ਗਲਤ ਕਰਕੇ ਨਾਲੇ ਕਿਸੇ ਦਾ ਤੋੜ ਲਓ, ਇਹ ਕਿਉਂ ਨਹੀਂ ਤੋੜ ਸਕਦੇ, ਕਿਉਂ ਨਹੀਂ ਹੋ ਸਕਦਾ ਸਰਕਾਰ ਨੇ, ਇਹਨੂੰ ਕੀ ਕਮੀ ਕੀ ਹੈ, ਇਹਨੂੰ ਝੇਪ ਕੀ ਹੈ? ਇਹ ਮੇਰਾ ਮੁੱਦਾ ਸੀਗਾ ਵੀ ਜਿਹੜੀ ਗੱਲ ਉਹ ਸਮਝੌਤਾ ਤੋੜ ਕੇ ਸਾਨੂੰ ਵੀ 4 ਰੁਪਈਏ ਬਿਜਲੀ ਮਿਲ ਸਕਦੀ ਹੈ, ਇਹੋ ਜਿਹੇ ਗਲਤ ਸਮਝੌਤੇ ਹੋਏ ਪਿਛਲੀਆਂ ਸਰਕਾਰਾਂ ਦੇ ਤੋੜੇ ਜਾ ਸਕਦੇ ਹੁੰਦੇ ਆ, ਇਹ ਸੰਧੀ ਕੀ ਹੈ? ਇਹ ਮੈਂ ਇਸ ਮੰਚ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਸਰਕਾਰ ਨੂੰ ਜਿਹੜੀ ਸਾਡੀ ਬੇਨਤੀ ਹੈ ਸਾਡੀ ਸੱਥ ਦੀ ਕਿ ਤੋੜ ਦਿਓ ਸਮਝੌਤਾ, ਸਾਨੂੰ ਵੀ 4 ਰੁਪਈਏ ਦੇ ਦਿਓ ਬਿਜਲੀ, ਕਿਉਂ ਐਸਾ ਕੀਤਾ ਹੋਇਆ? ਬੜਾ ਵਿਸਤਾਰ ਦੇ ਵਿੱਚ ਸਰਦਾਰ ਸੁਖਦੇਵ ਜੀ ਨੇ ਗੱਲ ਕੀਤੀ ਹੈ। ਇਹਨਾਂ ਨੇ ਇੱਕ ਇਹ ਗੱਲ ਕੀਤੀ ਜਿਹੜੀ ਬੱਸ ਦੀ ਜਿਹੜੀ ਕਹਾਣੀ ਸੁਣਾਈ ਹੈ ਉਹ ਬਹੁਤ ਵਧੀਆ ਗੱਲ ਹੈ ਵੀ ਉਹ ਸਾਡੀ ਹੋ ਜਾਂਦੀ ਹੈ। ਦੇਖੋ ਗੱਲ ਇਹ ਹੁੰਦੀ ਵੀ ਸੱਥ ਦੀ ਜਿਹੜੀ ਤੁਸੀਂ ਗੱਲ ਕੀਤੀ ਵੀ ਉਹ ਮੈਂ 2-3 ਦਿਨਾਂ ਤੋਂ ਵਾਚ ਕਰਦਾ ਵੀ ਇਹਦੇ 'ਚ ਲੋਕ ਜਿਹੜੇ ਨੇ ਆਪਣੀਆਂ ਆਪਣੀਆਂ ਬੱਸਾਂ 'ਤੇ ਸਵਾਰ ਨੇ। ਜੇ ਅਸੀਂ ਇਹ ਗੱਲ ਕਰੀਏ ਵੀ ਹਰ ਆਦਮੀ ਹੀ ਆਪਣੀ ਕੋਈ ਨਾ ਕੋਈ ਗੱਡੀ ਲਈ ਫਿਰਦਾ, ਅਤੇ ਜੇ ਕੋਈ ਕਿਸੇ ਦੀ ਗੱਡੀ 'ਤੇ ਚੜ੍ਹ ਜਾਂਦਾ, ਇਹ ਸੱਥ ਹੈ। ਸੱਥ ਦੇ ਵਿੱਚ ਹਰ ਬੰਦੇ ਨੇ ਆਪੋ ਆਪਣੇ ਵਿਚਾਰ ਦੇਣੇ ਨੇ, ਭਾਵੇਂ ਉਹ ਜਿਹੜੀ ਮਰਜ਼ੀ ਬੱਸ 'ਤੇ ਚੜ੍ਹਿਆ, ਜਿਹੜੀ ਮਰਜ਼ੀ ਗੱਡੀ 'ਤੇ ਚੜ੍ਹਿਆ, ਅਤੇ ਭਾਵੇਂ ਉਹ ਪੈਦਲ ਜਾ ਰਿਹਾ।
ਸਾਡਾ ਮਕਸਦ ਇਹ ਹੈ ਵੀ ਅਸੀਂ ਸੱਥ ਦੇ ਵਿੱਚ ਜਦੋਂ ਬੈਠਦੇ ਹਾਂ ਤਾਂ ਹਰੇਕ ਬੰਦੇ ਦੇ ਆਪੋ ਆਪਣੇ ਵਿਚਾਰ ਹੈ। ਜਿਸ ਤਰ੍ਹਾਂ ਸੁਖਦੇਵ ਸਿੰਘ ਜੀ ਨੇ ਗੱਲ ਕੀਤੀ ਵੀ ਇੱਦਾਂ ਹੋਣਾ ਚਾਹੀਦਾ, ਬਿਜਲੀ ਦਾ ਬਿੱਲ ਜਿਹੜਾ ਆ ਉਹ ਘੱਟ ਆਉਣਾ ਚਾਹੀਦਾ, ਯੂਨਿਟ ਜਿਹੜੇ ਘੱਟ ਨੇ, ਜਾਂ ਇਹਨਾਂ ਨੇ ਗੱਲ ਕੀਤੀ ਵੀ ਉਹ ਰਾਫੇਲ ਦਾ ਜਿਹੜਾ ਸੀਗਾ ਵੀ 1600 ਦਾ ਕਰੋੜ ਦਾ ਕਿ ਕਿੰਨੇ ਦਾ ਉਹ ਜਹਾਜ਼ ਲਿਆ, ਤਾਂ ਉਹ ਲੋਕ ਵੀ ਕਿਸੇ ਨਾ ਕਿਸੇ ਬੱਸ ਦੇ ਵਿੱਚ ਚੜ੍ਹੇ ਹੋਏ ਨੇ। ਇਸ ਕਰਕੇ ਪਹਿਲੇ ਨੂੰ ਲਾਹ ਦਿੰਦੇ ਨੇ ਅਤੇ ਦੂਜੇ ਨੂੰ ਉਹਦੇ 'ਚ ਬਿਠਾ ਲੈਂਦੇ ਨੇ। ਇਹੀ ਦੁਨੀਆਦਾਰੀ ਹੈ, ਇਹੀ ਸਮਾਜ ਹੈ। ਪਰ ਸਮਾਜ ਨੂੰ ਅਸੀਂ ਸਿੱਧੇ ਰਾਹ ਕਿਵੇਂ ਲੈ ਕੇ ਜਾਣਾ, ਆਪਾਂ ਇਹ ਗੱਲ ਕਰਨੀ ਹੈ। ਅਸੀਂ ਕਿਸੇ ਦਾ ਦੇਖੋ ਉਹੀ ਗੱਲ ਹੁੰਦੀ ਕਿ ਅਸੀਂ ਤਾਂ ਇਹ ਦੇਖਦੇ ਹਾਂ ਵੀ ਸਾਡੇ ਸਮਾਜ 'ਚ ਕੀ ਵਾਪਰ ਰਿਹਾ ਅਤੇ ਸਮਾਜ ਦੇ ਹਿੱਤ 'ਚ ਕਿਹੜੀ ਗੱਲ ਹੈ। ਸਿਕੰਦਰ ਜੀ, ਕਿਹੜੀ ਖਬਰ ਹੈ ਜਿਹੜੀ ਤੁਸੀਂ ਪੜ੍ਹ ਰਹੇ ਹੋ? ਵਿੱਕੀ ਜੀ, ਪਹਿਲਾਂ ਤਾਂ ਸਾਰੇ ਸਾਥ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੋ ਆਪਣੇ ਸੁਖਦੇਵ ਸਿੰਘ ਜੀਆਂ ਨੇ ਗੱਲ ਕਹੀ ਹੈਗੀ, ਇਹਦੇ ਨਾਲ 100% ਅਸੀਂ ਸਹੀ ਹੈਗੇ। ਪਰ ਗੱਲ ਇੰਨੀ ਹੈ ਵੀ ਜਿਹੜੀ ਬਿਜਲੀ ਦੀ ਗੱਲ ਇਹਨਾਂ ਨੇ ਕਹੀ ਹੈਗੀ, ਸਾਡੇ ਮੇਰੇ ਖਿਆਲ ਹੈ ਪੰਜਾਬ ਸਰਕਾਰ ਨੇ ਅੱਜ ਤਿੰਨੇ ਹੀ ਥਰਮਲਾਂ ਬਾਰੇ ਕੋਈ ਕਮੇਟੀ ਬਣਾ ਤੀ। ਮੈਂ ਅੱਜ ਪੰਜਾਬੀ ਟ੍ਰਿਬਿਊਨ 'ਚ ਪੜ੍ਹੀ ਸੀ ਖਬਰ ਇਹ ਵੀ ਇਹਦਾ ਦੁਆਰੇ ਕਰ ਰਹੇ ਆ ਉਹ। ਚੰਗੀ ਗੱਲ ਹੈ ਪੰਜਾਬ ਸਰਕਾਰ ਵੱਲੋਂ ਜੇ ਕਰ ਰਹੇ ਤਾਂ। ਦੂਜੀ ਗੱਲ ਇਹ ਰਹੀ, ਦੇਖੋ ਵੱਡੀ ਗੱਲ ਤਾਂ ਇਹ ਹੈ, ਮੈਂ ਅੱਜ ਪੰਜਾਬੀ ਟ੍ਰਿਬਿਊਨ ਦੀ ਮੇਨ ਖਬਰ ਹੈਗੀ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹਾਦਰ ਨੇ ਕੱਲ੍ਹ ਇੱਕ ਭਾਸ਼ਣ ਦਿੱਤਾ ਵੀ 84 ਦੇ ਦੰਗਿਆਂ ਬਾਰੇ। ਦੇਖੋ ਅਸੀਂ ਸੋਚਦੇ ਹਾਂ ਵੀ ਸਾਨੂੰ 36 ਸਾਲ ਹੋ ਗਏ ਉਹ ਦੁੱਖ ਭੋਗੀ ਜਾਂਦਿਆਂ ਨੂੰ, ਅਤੇ ਅੱਜ ਦੁਬਾਰੇ ਅੱਜ ਇਲੈਕਸ਼ਨਾਂ ਦੇ ਵਿੱਚ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ। ਕਿਉਂਕਿ 10 ਸਾਲ ਤਾਂ ਹੁਣ ਹੋ ਹੀ ਚੱਲੇ, ਇਹਨਾਂ ਨੂੰ 5 ਸਾਲ ਪਹਿਲਾਂ ਕੱਟ ਲਏ, 5 ਸਾਲ ਵਾਜਪਾਈ ਜੀ ਕੱਟ ਗਏ ਅਤੇ ਸਾਲ ਇਹਨਾਂ ਨੂੰ ਹੋ ਚੱਲਿਆ, 11 ਸਾਲ ਹੋ ਗਏ ਇਹਨਾਂ ਨੂੰ ਆਪਦੀ ਪੂਰੀ ਧਾਕੜ ਜਮਾਈ ਨੂੰ। ਜੇ ਤੁਸੀਂ 11 ਸਾਲਾਂ ਦੇ ਵਿੱਚ ਤਾਂ ਇਨਸਾਫ ਸਾਨੂੰ ਦੇ ਨਹੀਂ ਸਕੇ ਸਿੱਖਾਂ ਨੂੰ, ਅੱਜ ਸਾਡੇ ਦੁਆਰੇ ਤਾਂ ਨਾ ਢਿੱਡ ਨੰਗੇ ਕਰੋ ਇਲੈਕਸ਼ਨਾਂ ਵਾਸਤੇ, ਵੋਟਾਂ ਵਾਸਤੇ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ, ਕੋਈ ਵੀ ਸਿਆਸੀ ਬੰਦਾ ਉਹਨੂੰ ਇਲੈਕਸ਼ਨਾਂ ਦੇ ਵਿੱਚ ਆਪਦੀਆਂ ਵੋਟਾਂ ਲੈਣ ਵਾਸਤੇ ਕਿਸੇ ਵੀ ਪਾਰਟੀ ਨਾਲ, ਭਾਵੇਂ ਉਹ ਹਿੰਦੂ ਹੈ, ਭਾਵੇਂ ਉਹ ਸਿੱਖ ਹੈ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਈਸਾਈ ਹੈ, ਚਾਰ ਹੀ ਜਮਾਤਾਂ ਹੈ ਇਹ। ਅਤੇ ਮੇਰਾ ਤਾਂ ਖਿਆਲ ਇਹੀ ਹੈ ਵੀ ਅੱਜ ਸਾਨੂੰ ਜਾਂ ਤਾਂ ਇਨਸਾਫ ਦਿਓ ਜੇ ਦੇ ਸਕਦੇ ਹੋ, ਤਾਂ ਨਹੀਂ ਦੇ ਸਕਦੇ ਫਿਰ ਸਾਡੇ ਕੁੜਤੇ ਤਾਂ ਨਾ ਨੰਗੇ ਕਰੋ, ਦੁਬਾਰੇ ਢਿੱਡ ਨਾ ਨੰਗੇ ਕਰੋ, ਤਾਂ ਕਿ ਅਸੀਂ ਸਾਡੇ ਜ਼ਖਮ ਫਿਰ ਅੱਲੇ ਉਹੀ ਜ਼ਖਮ ਸਾਡੇ ਫਿਰ ਇੱਕ ਵਾਰੀ ਅੱਲੇ ਹੋ ਜਾਣ। ਅਤੇ ਰਹੀ ਗੱਲ ਬਿਜਲੀ ਦੀ ਗੱਲ ਕਰ ਰਹੇ ਹੈ ਜਾਂ ਹੋਰ ਕਿਸੇ ਬੱਸ ਦੀ ਗੱਲ ਕਰ ਰਹੇ ਹੈ, ਇਹ ਬੱਸਾਂ ਤਾਂ ਚੜ੍ਹਦੀਆਂ ਰਹਿੰਦੀਆਂ, ਆਉਂਦੀਆਂ ਜਾਂਦੀਆਂ ਰਹਿੰਦੀਆਂ, ਇਹ ਤਾਂ ਦੁਨੀਆਦਾਰੀ ਹੈ। ਅਤੇ ਇਹ ਨਾ ਤਾਂ ਕੋਈ ਬੱਸ 'ਤੇ ਚੜ੍ਹਨੋਂ ਹਟ ਸਕਦਾ ਹੈ ਅਤੇ ਨਾ ਹੀ ਆਪਾਂ ਕਿਸੇ ਨੂੰ ਹਟਾ ਸਕਦੇ ਹੈਗੇ, ਠੀਕ ਹੈ ਨਾ ਜੀ। ਗੱਲ ਰਹੀ ਜਿਹੜੀ ਕੰਮ ਦੀ ਗੱਲ, ਤਾਂ ਇਹੀ ਹੈ ਵੀ ਸਾਨੂੰ ਜੇ ਤੁਸੀਂ ਕੁਛ ਨਹੀਂ ਦੇ ਸਕਦੇ ਤਾਂ ਸਾਥੋਂ ਖੋਹੋ ਵੀ ਨਾ, ਸਾਡੇ ਹੱਕ ਹੈਗੇ। ਜਿਵੇਂ ਉਹ ਸਿੱਖੋ ਬਜ਼ੁਰਗ ਔਰਤ ਕੱਲ੍ਹ ਰੋ ਰਹੀ ਸੀ ਵੀ ਮੈਂ ਤਾਂ ਬਹੁਤ ਸੰਤੋਖ ਭੋਗ ਲਿਆ ਅਤੇ ਮੈਨੂੰ ਹੋਰ ਨਾ ਤੁਸੀਂ ਤੰਗ ਕਰੋ। ਇਸ ਕਰਕੇ ਸਾਨੂੰ ਇਹਨਾਂ ਤੋਂ ਇਨਸਾਫ ਦੀ ਉਮੀਦ ਹੁੰਦੀ ਹੈ ਕਿ ਜਿਹੜੇ ਵੱਡੇ ਲੋਕ ਨੇ ਜਾਂ ਸਾਡੇ ਰਖਵਾਲੇ ਨੇ ਜਾਂ ਸਾਡੇ ਕਾਨੂੰਨ ਬਣਾਉਂਦੇ ਨੇ, ਕਿ ਜੇ ਇਹੀ ਇਸ ਤਰ੍ਹਾਂ ਕਰਨ ਲੱਗ ਗਏ, ਇਲੈਕਸ਼ਨ ਆ ਗਏ, ਇਲੈਕਸ਼ਨਾਂ ਦੇ ਵਿੱਚ ਇਹੋ ਜਿਹੇ ਕਰਨ ਲੱਗ ਗਏ ਵੋਟਾਂ ਲੈਣ ਵਾਸਤੇ, ਇਹ ਨਹੀਂ ਹੋਣਾ ਚਾਹੀਦਾ ਜੀ। ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਵੀ ਸਾਡੇ ਢਿੱਡ ਨੰਗੇ ਨਾ ਕਰੋ, ਹੁੰਦਾ ਹੀ ਹੈ ਜੀ, ਇਲੈਕਸ਼ਨ ਦੇ ਵਿੱਚ ਸਾਡੇ ਵੋਟਰਾਂ ਦੇ ਇਮੋਸ਼ਨਸ ਦੇ ਨਾਲ ਖੇਡਿਆ ਜਾਂਦਾ, ਸਾਨੂੰ ਭਾਵੁਕ ਕੀਤਾ ਜਾਂਦਾ। ਕਈ ਵਾਰੀ ਇਹ ਹੁੰਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਨਿਹਾਇਤ ਹੀ ਜ਼ਿਆਦਾ ਬੰਦੇ ਇੱਕ ਦੂਸਰੇ 'ਤੇ ਜਦੋਂ ਲਾਂਛਣ ਲਾਉਂਦੇ ਨੇ ਤਾਂ ਉਹਨਾਂ ਦੇ ਫੈਮਿਲੀ ਮੈਟਰਸ ਵੀ ਜਿਹੜੇ ਚੁੱਕ ਲੈਂਦੇ ਨੇ। ਉਸ ਵੇਲੇ ਸਿਰਫ ਇਹਨਾਂ ਲੋਕਾਂ ਦਾ ਇੱਕ ਮਕਸਦ ਇਹੀ ਹੁੰਦਾ ਕਿ ਯਾਰ ਮੈਂ ਜਿੱਤ ਪ੍ਰਾਪਤ ਕਰਨੀ ਹੈ, ਮੈਂ ਜਿੱਤਣਾ ਬਾਏ ਹੁੱਕ ਔਰ ਬਾਏ ਕਰੁੱਕ।
ਇਹ ਕਹਿ ਦਿੰਦੇ ਨੇ ਅਤੇ ਨਾਲ ਆਪ ਹੀ ਇਸ ਗੱਲ ਦਾ ਜਵਾਬ ਦੇ ਦਿੰਦੇ ਵੀ ਇਸ਼ਕ ਔਰ ਜੰਗ ਮੇਂ ਹਰ ਚੀਜ਼ ਵਾਜਿਬ ਹੈ। ਤਾਂ ਇਹ ਗੱਲਾਂ ਜਿਹੜੀਆਂ ਮਾੜੀਆਂ ਨੇ, ਜੇ ਤੁਸੀਂ ਇਸ਼ਕ ਵੀ ਕਰਨਾ ਤਾਂ ਸੱਚਾ ਤਾਂ ਕਰੋ ਯਾਰ। ਜੇ ਤੁਸੀਂ ਸਾਡੇ ਇਮੋਸ਼ਨਸ ਨਾਲ ਖੇਡਦੇ ਹੋ, ਜੇ ਸਾਨੂੰ ਪਿਆਰ ਕਰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਵੀ ਹਾਂ ਠੀਕ ਹੈ ਜੀ ਅਸੀਂ ਤੁਹਾਨੂੰ ਵੋਟਾਂ ਪਾ ਕੇ ਜਿਤਾ ਦਈਏ, ਤਾਂ ਤੁਸੀਂ ਸਾਡੇ ਬਾਰੇ ਕੁਝ ਸੋਚੋ ਤਾਂ ਸਹੀ ਨਾ। ਤੁਸੀਂ ਸਾਡੇ ਨਾਲ ਲੰਬਾ ਪਿਆਰ ਕਰੋ। ਇਹ ਜਿਹੜਾ ਹੁੰਦਾ ਹੈ ਵੀ ਅੱਜ ਇਹਦੇ ਨਾਲ ਅਤੇ ਕੱਲ੍ਹ ਉਹਦੇ ਨਾਲ ਅਤੇ ਪਰਸੋਂ ਉਹਦੇ ਨਾਲ, ਉਹ ਪਿਆਰ ਨਾ ਕਰੋ। ਜੇ ਸਾਡੇ ਨਾਲ ਤੁਸੀਂ ਪਿਆਰ ਕਰਨਾ, ਇਹੋ ਜਿਹਾ ਪਿਆਰ ਪਾਓ, ਅਸੀਂ ਤੁਹਾਨੂੰ ਹਰ ਵਾਰ ਵੋਟ ਪਾਈਏ ਉਸ ਸ਼ਖਸ ਨੂੰ ਜਿਹਨੂੰ ਇੱਕ ਵਾਰੀ ਪਾਉਂਦੇ ਹਾਂ, ਅਤੇ ਉਹ ਸਾਡੇ ਜਿੰਨਾ ਅਸੀਂ ਪਿਆਰ ਕਰਦੇ ਤਾਂ ਉਹ ਵੀ ਤਾਂ ਸਾਨੂੰ ਓਨਾ ਕੁ ਪਿਆਰ ਦੇਣ ਨਾ, ਤਾਂ ਹੀ ਫਿਰ ਪਿਆਰ ਆ ਜਿਹੜਾ ਉਹ ਵੱਧਦਾ। ਸੰਧੂ ਸਾਹਿਬ, ਸਿਕੰਦਰ ਸਿੰਘ ਨੇ ਜਿਹਨੇ ਗੱਲ ਕੀਤੀ ਹੈ ਵੋਟਾਂ ਇਲੈਕਸ਼ਨਾਂ ਦੇ ਵਿੱਚ ਸਿੱਖ ਧਰਮ ਬਾਰੇ ਵੰਡੀਆਂ ਪਾ ਕੇ ਜਾਂ ਜਨਤਾ ਨੂੰ ਗੁੰਮਰਾਹ ਕਰਕੇ ਵੋਟਾਂ ਲੈਣ ਬਾਰੇ, ਇਹ ਬਿਲਕੁਲ ਸੱਚ ਹੈ। ਸਾਰੀਆਂ ਹੀ ਪਾਰਟੀਆਂ ਇਸ ਤਰ੍ਹਾਂ ਕਰਦੇ, ਖਾਸ ਕਰਕੇ ਭਾਜਪਾ ਦਾ ਇੱਕ ਕਿਰਦਾਰ ਬਣ ਚੁੱਕਿਆ ਹੈ। ਜਦੋਂ ਇਲੈਕਸ਼ਨ ਲੋਕਾਂ ਵਾਸਤੇ ਕਰਨਾ ਕੁਛ ਨਹੀਂ, ਪਿਛਲੇ 5 ਸਾਲਾਂ 'ਚ ਦੇਖ ਰਹੇ ਹਾਂ ਕੇਂਦਰ ਸਰਕਾਰ ਨੇ ਆਮ ਜਨਤਾ ਵਾਸਤੇ ਕੋਈ ਕੁਛ ਨਹੀਂ ਕੀਤਾ। ਇਹਨੇ ਵੱਡੇ ਵੱਡੇ ਵਾਅਦੇ ਕੀਤੇ ਸੀ, ਅਸੀਂ ਆਹ ਕਰਾਂਗੇ ਵੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ, ਕਿਸਾਨ ਨੂੰ ਇਹਨਾਂ ਨੇ ਕੋਈ ਵੀ ਰਾਹਤ ਨਹੀਂ ਦਿੱਤੀ, ਨਾ ਕਿਸਾਨ ਦੀ ਫਸਲ ਦਾ ਵਾਹ ਮੁੱਲ ਵਧਾਇਆ, ਕਣਕ ਦਾ ਮੁੱਲ ਸਾਰਾ 85 ਰੁਪਏ ਵਧਾਇਆ, ਜਦੋਂ ਕਿ ਸਾਡੀ ਕਮਿਸ਼ਨ ਇਹ ਕਹਿ ਰਿਹਾ 2600-2800 ਰੁਪਏ ਰੇਟ ਹੋਣਾ ਚਾਹੀਦਾ, ਸਾਨੂੰ ਸਾਰਾ 1800 ਰੁਪਏ ਸਰਕਾਰ ਦੇ ਰਹੀ ਹੈ। ਜੇ ਸਰਕਾਰ ਕੋਲ ਆ ਰੇਟ ਨਹੀਂ ਵਧਾਉਣਾ ਤਾਂ ਕਿਸਾਨ ਨੂੰ ਇਹ ਆਪਣੇ ਕੋਲ ਰਿਲੀਫ ਦੇਵੇ, 1000 ਰੁਪਏ ਕੁਇੰਟਲ ਬੋਨਸ ਦੇ ਦੇ, ਸਰਕਾਰ ਕਿਸਾਨ ਦਾ ਫਾਇਦਾ ਹੋਜੂਗਾ। ਦੂਜਾ ਜਿਹੜੀ ਸਾਰੀਆਂ ਇਹ ਭਾਜਪਾ ਜੋ ਆ ਕੇ ਇਲੈਕਸ਼ਨ ਦੇ ਸਮੇਂ 'ਚ ਸਾਨੂੰ ਆਸ ਵੀ ਲੜਾਉਂਦੀ ਹੈ, ਜਾਤਾਂ ਪਾਤਾਂ ਦੇ ਵਿੱਚ ਮੰਡੀਆਂ ਪਾਉਂਦੀ ਹੈ, ਇਹ ਬਹੁਤ ਗਲਤ ਹੈ। ਜਿਸ ਤਰ੍ਹਾਂ ਹੁਣ ਦਿੱਲੀ ਦੇ ਵਿੱਚ ਕੇਜਰੀਵਾਲ ਆਪਣੇ ਕੀਤੇ ਕੰਮਾਂ 'ਤੇ ਵੋਟ ਮੰਗ ਰਿਹਾ ਹੈ ਕਿ ਮੈਂ 5 ਸਾਲਾਂ ਜੋ ਕੀਤਾ ਹੈ ਆਹ ਮੈਂ ਕਰਦਾ, ਮੈਂ ਤੁਹਾਡੇ ਨਾਲ ਵਾਅਦੇ ਕੀਤੇ ਸੀ ਆਹ ਮੈਂ ਪੂਰੇ ਕੀਤੇ ਹੈ, ਜੇ ਮੇਰੇ ਵਾਅਦੇ ਚੰਗੇ ਲੱਗਦੇ, ਮੇਰੇ ਕੰਮ ਚੰਗੇ ਲੱਗਦਾ ਮੈਨੂੰ ਵੋਟ ਪਾਓ, ਜੇ ਨਹੀਂ ਮੇਰੇ ਕੰਮ ਚੰਗੇ ਲੱਗਦਾ ਮੈਨੂੰ ਵੋਟ ਨਾ ਪਾਓ। ਹਿੰਦੁਸਤਾਨ 70 ਸਾਲਾਂ 'ਚ ਪਹਿਲੀ ਵਾਰ ਇੱਕ ਲੀਡਰ ਇਸ ਆਧਾਰ 'ਤੇ ਵੋਟਾਂ ਮੰਗ ਰਿਹਾ ਹੈ, ਜਦੋਂ ਕਿ ਜੇ ਬਾਕੀ ਪਾਰਟੀਆਂ ਸਾਰੀਆਂ ਲਾਰਿਆਂ 'ਤੇ ਮੰਨਦੇ ਹਾਂ ਅਸੀਂ 5 ਸਾਲਾਂ 'ਚ ਆਹ ਕਰਾਂਗੇ ਆਹ ਕਰਾਂਗੇ, ਕਰਨਾ ਕੁਛ ਨਹੀਂ ਹੁੰਦਾ, ਮੁੜ ਕੇ ਅੱਗੇ ਕਹਿ ਦਿੰਦੇ ਚੋਣ ਜੁਮਲਾ ਸੀ। ਸੋ ਇਹ ਗਲਤ ਗੱਲ ਹੈ, ਜੋ ਕੀਤੇ ਹਨ ਦੇ ਕਿਰਦਾਰ 'ਤੇ ਆਪਦੇ ਵੋਟਾਂ ਮੰਗਣੇ ਚਾਹੀਦੇ ਹੈ, ਚੰਗੇ ਕਿਰਦਾਰ ਨਾਲ ਨੀਤੀ ਲੀਡਰ ਅੱਗੇ ਆਉਣ, ਲੋਕਾਂ ਵਾਸਤੇ ਸੋਚਣ, ਲੋਕਾਂ ਦੀ ਭਲਾਈ ਦਾ ਸੋਚਣ। ਹਰ ਇੱਕ ਬੰਦੇ ਦੀ ਡਿਮਾਂਡ ਇਹ ਹੈ ਵੀ ਲੋਕਾਂ ਦੀ ਭਲਾਈ ਬਾਰੇ ਸੋਚੋ। ਜਦੋਂ ਇੰਨੀ ਆਵਾਜ਼ ਹੋ ਜਾਂਦੀ ਫਿਰ ਕੀ ਗੱਲ, ਇਹ ਲੋਕ ਕੀ ਆਪਣੇ ਕੰਨ ਬੰਦ ਕਰ ਲੈਂਦੇ ਨੇ, ਜਾਂ ਇਹਨਾਂ ਨੂੰ ਇਹ ਲੱਗਦਾ ਵੀ ਠੀਕ ਹੈ ਯਾਰ ਇੱਧਰੋਂ ਸੁਣੀ ਚਲੋ ਅਤੇ ਇੱਧਰੋਂ ਕੱਢੀ ਚਲੋ, ਵੀ ਇਹਨਾਂ ਦਾ ਕੰਮ ਸਿਰਫ ਬੋਲਣਾ। ਅਤੇ ਮੈਨੂੰ ਲੱਗਦਾ ਇਹ ਸਮਝਦੇ ਨੇ ਵੀ ਠੀਕ ਹੈ ਯਾਰ ਅਸੀਂ ਇਹਨਾਂ ਨੂੰ ਆਪਣੀਆਂ ਗੱਲਾਂ 'ਚ ਲੈ ਆਉਂਦਾ। ਮੈਂ ਪਹਿਲਾਂ ਵੀ ਇਹ ਗੱਲ ਕਰਦਾ ਨਾ ਵੀ ਅਸੀਂ ਲੋਕ ਬੇਵਕੂਫ਼ ਨਹੀਂ ਹੁੰਦੇ, ਜਿਹੜਾ ਸਾਨੂੰ ਸਮਝ ਲਿਆ ਜਾਂਦਾ ਵੀ ਉਹ ਛੱਡੋ ਇਹਨਾਂ ਦਾ ਤਾਂ ਕੀ ਹੈ, ਇਹ ਲੋਕ ਇਹ ਸੋਚ ਲੈਂਦੇ ਨੇ। ਤਾਂ ਜਦੋਂ ਆਵਾਮ ਹੈ ਜਿਹੜੀ ਉਹ ਆਪਣਾ ਸਿਰ ਚੁੱਕਦੀ ਹੈ ਨਾ, ਤਾਂ ਫਿਰ ਉਦੋਂ ਇਹਨਾਂ ਲੋਕਾਂ ਨੂੰ ਆਪਣਾ ਸਿਰ ਲੁਕਾਉਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ। ਫਿਰ ਇਹਨਾਂ ਨੂੰ ਹੁੰਦਾ ਵੀ ਅਸੀਂ ਆਪਣਾ ਸਿਰ ਕਿੱਥੇ ਲੁਕੋਈਏ। ਸਿਰਫ ਗੱਲ ਇੰਨੀ ਕੁ ਹੈ ਕਿ ਆਵਾਮ ਜਦੋਂ ਆਪਣਾ ਸਿਰ ਚੁੱਕ ਲਵੇ ਉਹ ਨਹੀਂ ਚੁੱਕਦੀ ਪਈ, ਜਿਸ ਦਿਨ ਚੁੱਕ ਲਿਆ ਤਾਂ ਇਹਨਾਂ ਨੂੰ ਆਪਣੇ ਸਿਰ ਲੁਕਾਉਣੇ ਬੜੇ ਔਖੇ ਹੋ ਜਾਣੇ। ਰਸਵੀਰ ਜੀ, ਸੁਨੀਲ ਸਿੰਘ ਵਿੱਕੀ ਜੀ, ਮੇਰੇ ਵੱਲੋਂ ਤੁਹਾਨੂੰ ਅਤੇ ਸਾਥ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਵਾਕਈ ਕਹਿੰਦੇ ਹਾਂ ਜੀ, ਜਦੋਂ ਵੋਟਾਂ ਦਾ ਉਹ ਆਉਂਦਾ ਉਦੋਂ ਜਿਹੜੇ ਜ਼ਖਮ ਮਾੜਾ ਠੀਕ ਹੋਇਆ ਹੁੰਦਾ ਉਹਨੂੰ ਦੁਬਾਰੇ ਚੇੜ ਦਿੰਦੇ ਨੇ। 84 ਦਾ ਮੁੱਦਾ ਕਰ ਲਿਆ, 69 ਦਾ ਮੁੱਦਾ ਹੋ ਗਿਆ, ਅਤੇ ਉਹ ਉੱਧਰੋਂ ਲੋਕਾਂ ਦਾ ਉਹ ਕਰ ਦਿੰਦੇ ਨੇ। ਬਾਕੀ ਗੁਰੂ ਨਾਨਕ ਦੇਵ ਨੇ ਮਰਦਾਨੇ ਨੂੰ ਕਿਹਾ ਸੀ ਜੀ, ਕਹਿੰਦਾ ਇਹ ਸਾਰੀ ਦੁਨੀਆ ਠੱਗਾਂ ਦੀ ਹੋਜੂ। ਉਹ ਕਹਿੰਦੇ ਠੱਗੂ ਕੌਣ? ਕਹਿੰਦਾ ਜਿਹੜਾ ਜਿਸ 'ਤੇ ਵਿਸ਼ਵਾਸ ਕਰ ਗਿਆ। ਆਹ ਇੱਕ ਵਿਦੇਸ਼ ਦੀ ਇੱਛਾ 'ਚ ਹੱਥੋਂ ਨਿਕਲ ਗਏ ਜਰ ਜੋਰੂ ਅਤੇ ਜ਼ਮੀਨ। ਉਹਨਾਂ ਦੀ ਨੂੰਹ ਸੀ, ਉਹ ਮਹੀਨੇ ਬਾਅਦ ਕਦੇ ਆਪਦੇ ਭਰਾ ਨੂੰ ਲੈ ਕੇ ਆ ਗਈ, ਕਹਿੰਦੀ ਵੀ 2 ਏਕੜ ਜ਼ਮੀਨ ਨਾਲ
ਕੋਈ ਇਹਦਾ ਆਪਣਾ ਮਤਲਬ ਇੱਥੇ ਵਧੀਆ ਨਹੀਂ ਗੁਜ਼ਾਰਾ ਕਰ ਸਕਦੇ, ਕਿਉਂ ਨਾ ਆਪਾਂ ਮਤਲਬ ਵੀ ਬਾਹਰ ਚਲੀ ਦੇਸਣ ਜਾਈਏ। ਉਹ 2 ਕਿੱਲੇ ਉਹਨਾਂ ਦੀ ਜ਼ਮੀਨ ਵਿਕਾਤੀ ਜੀ, ਜ਼ਮੀਨ ਵਿਕਾ ਕੇ ਨਾ ਉਹ ਮੁੜ ਕੇ ਆਈ ਨਾ ਉਹਨੂੰ ਲਗਾਈ, ਉਹ ਵਿਚਾਰੇ ਜ਼ਮੀਨ ਤੋਂ ਵੀ ਗਏ, ਹੱਥ ਧੋ ਕੇ ਬਹਿ ਗਏ ਜੀ। ਇਹ ਤਾਂ ਅੱਜ ਕੱਲ੍ਹ ਚੱਲ ਰਿਹਾ ਇਹ ਹੈ ਜੀ, 16 ਲੱਖ ਰੁਪਈਆ ਵੀ ਜ਼ਮੀਨ 'ਤੇ ਪੈਣਾ, ਸਾਰਾ ਕੁਛ ਲੈ ਗਈ ਜੋ ਕੁਛ ਵੀ ਉਹਨਾਂ ਕੋਲ ਸੀਗਾ, ਜਾਣੀ 2 ਕਿੱਲਿਆਂ ਤੋਂ ਉਹ 0 ਦੇ ਲਿਆਤੇ ਜੀ ਵਿਚਾਰੇ। ਬਾਕੀ ਇਹੀ ਗੱਲ ਆਪਣੇ ਇਹਨਾਂ ਦਾ ਹੈਗਾ, ਸਰਕਾਰਾਂ ਦਾ, ਸਰਕਾਰਾਂ ਕਿਹੜਾ ਆਪਾਂ ਤੋਂ ਜੋ ਕੁਛ ਆਪਦਾ ਬਣ ਕੇ ਬਣੀਆਂ ਨੇ, ਮੁੜ ਕੇ ਜਨਤਾ ਵਰ ਤਾਂ ਕੋਈ ਸੋਚਦਾ ਹੀ ਨਹੀਂਗਾ ਵੀ ਜਿਵੇਂ ਮਰਦੇ ਨੇ ਰੋਂਦੇ ਨੇ ਰੋਈ ਜਾਓ, ਆਪਦਾ ਸਭ ਕੁਛ ਕਰ ਲਿਆ, ਉਹ ਹੋਇਆ ਹੋਇਆ ਜੀ। ਬਿਲਕੁਲ, ਇਹ ਲੰਬੀ ਹਲਕੇ ਦੀ ਖਬਰ ਹੈ ਜੀ, ਅਤੇ ਅਖਬਾਰ ਸੀਗੀ ਪੰਜਾਬੀ ਟ੍ਰਿਬਿਊਨ, ਅਤੇ ਪਹਿਲਾਂ ਹੀ ਪੇਜ ਆ ਉਹਦੇ 'ਤੇ ਲਿਖੀ ਹੋਈ ਸੀ, ਵਿਦੇਸ਼ ਦੀ ਇੱਛਾ ਹੱਥੋਂ ਨਿਕਲ ਗਏ ਜ਼ਰ ਜ਼ੋਰੂ ਅਤੇ ਜ਼ਮੀਨ। ਇਸੇ ਪਿੱਛੇ ਹੀ ਬੰਦਾ ਜਿਹੜਾ ਆ ਉਹ ਸਾਰੀ ਉਮਰ ਤੁਰਿਆ ਫਿਰਦਾ ਰਹਿੰਦਾ। ਇਹ ਹਾਲ ਹੈ ਜੀ, ਸਮਝ ਤੋਂ ਬਾਹਰ ਹੈ। ਸਰਵਣ ਹੁਣੀ ਕੀ ਕਹਿਣਾ ਚਾਹੁੰਦੇ ਨੇ ਨੌਜਵਾਨ ਨੇ ਸਾਡੇ ਨਾਲੋਂ, ਅਤੇ ਨੌਜਵਾਨਾਂ ਦੀ ਸੋਚ ਸਾਡੇ ਨਾਲੋਂ ਵੱਖਰੀ ਹੁੰਦੀ ਹੈ? ਦੇਖੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੱਲ ਐਂਗੀ, ਇਹ ਥੋੜ੍ਹੇ ਹੁੰਦੇ ਆ ਜੀ ਕੇਸ, ਜ਼ਿਆਦਾਤਰ ਕੇਸ 'ਚ ਸਾਰੀ ਕਹਾਣੀ ਤਾਂ ਪੋਲੀਟਿਕਸ ਤੋਂ ਸ਼ੁਰੂ ਹੁੰਦੀ ਹੋਈ ਇੱਥੇ ਆ ਕੇ ਖਤਮ ਹੁੰਦੀ ਆ। ਅਗਰ ਮੁੱਦਾ ਫਿਰ ਉੱਥੇ ਆ ਜਾਂਦਾ, ਅਗਰ ਪੋਲੀਟਿਕਸ ਸਹੀ ਹੁੰਦੀ ਤਾਂ ਫਿਰ ਆ ਜਰ ਜੋਰੂ ਜ਼ਮੀਨ ਵਾਲਾ ਰੌਲਾ ਹੀ ਨਹੀਂ ਸੀ ਪੈਣਾ, ਇੱਥੇ ਹੀ ਰੁਜ਼ਗਾਰ ਮਿਲਿਆ ਹੁੰਦਾ, ਇੱਥੇ ਹੀ ਰੁਜ਼ਗਾਰ ਮਿਲਿਆ ਹੁੰਦਾ। ਇਹ ਜਦੋਂ ਇਹ ਸਾਰੇ ਪਾਰਟ ਹੀ ਹੈ ਜੀ ਉਹਦੇ, ਜਿੰਨੇ ਮਰਜ਼ੀ ਚੱਲੋ ਸਾਰੀ, ਆਖਰ ਜਿੰਨੀ ਦੇਰ ਤੱਕ ਸਿਸਟਮ ਸੁਧਾਰ ਨਹੀਂ ਹੋਊਗਾ ਇਹ ਸਾਰਾ ਕੁਛ ਇੱਦਾਂ ਹੀ ਚੱਲਦਾ ਹੀ ਰਹਿਣਾ ਹੈ ਜੀ। ਇਹ ਸਿਸਟਮ ਹੁਣ ਤਾਂ ਕੋਈ ਸਮਝ ਹੀ ਨਹੀਂ ਆ ਰਿਹਾ ਜੀ। ਸਿਸਟਮ ਸੁਧਰਨ ਵਾਲੇ ਜਿਹੜੇ ਆਪਣੇ ਬੇਸਿਕ ਚੀਜ਼ਾਂ ਹੈ ਨਾ ਜੀ, ਉਹ ਖਤਮ ਹੋ ਗਈਆਂ। ਜਿਵੇਂ ਸਪੋਜ਼ ਕਰੋ ਕਿ ਤੁਸੀਂ ਸਿਸਟਮ ਸੁਧਾਰਨ ਲਈ ਸਭ ਤੋਂ ਪਹਿਲਾਂ ਬੇਸਿਕ ਚੀਜ਼ ਇਹ ਹੈ ਕਿ ਐਜੂਕੇਸ਼ਨ, ਸਭ ਤੋਂ ਪਹਿਲਾਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ, ਜਿਹੜੀ ਸਰਕਾਰ ਆਉਂਦੀ ਹੈ ਉਹ ਆਪਣੀ ਐਜੂਕੇਸ਼ਨ ਥੋਪ ਦਿੰਦੀ ਹੈ, ਤੁਹਾਡੇ ਬੱਚਿਆਂ 'ਤੇ ਹੀ ਉਹਦਾ ਇਫੈਕਟ ਪੈ ਜਾਂਦਾ। ਤੁਸੀਂ ਉੱਥੋਂ ਹੀ 10 ਸਾਲ ਤੁਹਾਨੂੰ ਹੁਣ ਇਹ ਪੜ੍ਹਾਇਆ ਜਾਊਗਾ ਕਿ ਸਪੋਜ਼ ਕਰੋ ਇੱਕ ਐਗਜ਼ਾਮਪਲ ਆ, ਨਾਥੂ ਰਾਮ ਗੋਡਸੇ ਕੀ ਹੈ ਜੀ, ਹੁਣ ਇੱਕ ਪਾਸੇ ਪੜ੍ਹਾਇਆ ਜਾ ਰਿਹਾ ਕਿ ਉਹ ਦੇਸ਼ ਭਗਤ ਵੀ ਹੈ, ਤੁਸੀਂ ਕੀ ਸਮਝੋਗੇ? ਸਮਝਣ ਦੀ ਗੱਲ ਹੈ, ਤੁਹਾਡੇ ਦਿਮਾਗ ਦੇ ਵਿੱਚ ਬੱਚਿਆਂ ਦੇ ਜਦੋਂ ਪਾ ਦਿੱਤਾ ਗਿਆ ਕਿ ਹਾਂ ਉਹ ਵਧੀਆ ਬੰਦਾ ਸੀਗਾ, ਅਤੇ ਆਉਣ ਵਾਲਾ ਟਾਈਮ ਸਰਕਾਰ ਵੀ ਉਵੇਂ ਦੀ ਚੁਣੀ ਜਾਊਗੀ। ਜੇ ਕਿਹਾ ਜਾਊਗਾ ਕਿ ਨਹੀਂ ਉਹ ਇੱਕ ਟੈਰਿਸਟ ਸੀਗਾ, ਅਤੇ ਸਰਕਾਰ ਵੀ ਉਵੇਂ ਦੀ ਚੁਣੀ ਜਾਊਗੀ। ਹਾਂ ਨਵੀਂ ਸੁਣੀ ਹੈ ਜੀ, ਮੈਨੂੰ ਉਹਦੇ ਬਾਰੇ ਜ਼ਿਆਦਾ ਪਤਾ ਨਹੀਂ ਹੈਗਾ। ਸਰਕਾਰ ਨੇ ਡਰਾਮਾ ਕੀਤਾ ਜਿਵੇਂ ਅਕਸਰ ਡਰਾਮੇ ਹੁੰਦੇ ਆ ਕਿ ਕੰਪਲਸਰੀ ਐਜੂਕੇਸ਼ਨ ਜਿਹੜੀ ਹੈ ਇਹ ਫੰਡਾਮੈਂਟਲ ਰਾਈਟ 'ਚ ਪਾ ਦਿਉ, ਤਾਂ ਉਹ ਅਮੈਂਡ ਕਰਕੇ ਵਿਧਾਨ ਉਹਦੇ 'ਚ ਪਾਤਾ ਵੀ ਐਜੂਕੇਸ਼ਨ ਸਾਡਾ ਫੰਡਾਮੈਂਟਲ ਰਾਈਟ ਹੈ। ਕੀ ਬਣਾਤਾ ਵੀ 8ਵੀਂ ਤੱਕ ਹਰੇਕ ਬੱਚੇ ਨੂੰ ਅਸੀਂ ਪੜ੍ਹਾਉਣਾ। ਜਿਹੜਾ ਬੱਚਾ ਪੈਦਾ ਹੁੰਦਾ ਉਹ ਜਦੋਂ 4 ਸਾਲ ਦਾ, 5 ਸਾਲ ਦਾ, 6 ਸਾਲ ਸੀ ਜਦੋਂ ਮੈਂ ਪੜ੍ਹਾਉਣਾ ਹੁੰਦਾ ਸੀ, 6 ਸਾਲ ਦਾ ਬੱਚਾ ਜਿਹੜਾ ਹੋ ਗਿਆ ਉਹਨੂੰ ਦਾਖਲ ਕਰ ਲਓ। ਉਹ ਸਕੂਲ 'ਚ ਆਵੇ ਨਾ ਆਵੇ ਉਹਦਾ ਨਾਂ ਨਹੀਂ ਕੱਟਣਾ ਅਤੇ ਉਹਨੂੰ ਫੇਲ ਨਹੀਂ ਕਰਨਾ, 8 ਸਾਲਾਂ ਬਾਅਦ ਉਹਨੂੰ ਸਰਟੀਫਿਕੇਟ ਦੇ ਕੇ ਤੋਰ ਦਿਓ ਵੀ ਅਸੀਂ ਪੜ੍ਹਾ ਦਿੱਤੇ ਲੋਕ ਜੀ। ਯਾਨੀ ਐਂ ਨਹੀਂ ਪੜ੍ਹਾਏ ਜਾਂਦੇ, ਪੜ੍ਹਾਉਣ ਦਾ ਮਤਲਬ ਸਹੀ ਐਜੂਕੇਸ਼ਨ ਦੇਣਾ ਹੁੰਦਾ। ਪੜ੍ਹਾਉਣ ਦਾ ਤਾਂ ਸ਼ਬਦ ਹੀ ਖਤਮ ਹੋ ਗਿਆ, ਇਹ ਪੁਰਾਣੀ ਗੱਲ ਅੰਗਰੇਜ਼ਾਂ ਵਾਲੀ ਦੀ। ਅੱਜ ਕੱਲ੍ਹ ਤਾਂ ਪੜ੍ਹਾਉਣਾ ਨਹੀਂ ਹੁੰਦਾ, ਐਜੂਕੇਟ ਕਰਨਾ ਹੁੰਦਾ, ਸਿਖਾਉਣਾ ਹੁੰਦਾ। ਯਾਨੀ ਟੀਚਿੰਗ ਅਤੇ ਐਜੂਕੇਸ਼ਨ ਦਾ ਡਿਫਰੈਂਸ ਹੈ ਦੋਨਾਂ ਸ਼ਬਦਾਂ ਵਿੱਚ, ਇੱਕ ਹੁੰਦਾ ਟੀਚ ਕਰਨਾ, ਇੱਕ ਐਜੂਕੇਟ ਕਰਨਾ। ਅਸੀਂ ਬੱਚਿਆਂ ਨੂੰ ਐਜੂਕੇਟ ਕਰਨਾ, ਐਜੂਕੇਟ ਦੇ ਵਿੱਚ ਇਕੱਲੀ ਇਹ ਨਹੀਂ ਹੁੰਦੀ ਕਿਤਾਬਾਂ ਪੜ੍ਹ ਲਈਆਂ, ਉਹਦੇ ਵਿੱਚ ਉਹਨੂੰ ਜੀਵਨ ਯੁਗਤੀ ਵੀ ਸਿਖਾਉਣੀ ਹੁੰਦੀ ਹੈ, ਸਾਰਾ ਕੁਛ ਟ੍ਰੇਨਿੰਗ ਦੇਣੀ ਹੁੰਦੀ ਹੈ ਕਿ ਉਹ ਜਦੋਂ ਨੂੰ ਮਤਲਬ ਪੜ੍ਹ ਕੇ ਬਾਹਰ ਜਾਵੇ ਸਕੂਲ 'ਚੋਂ ਕਾਲਜ 'ਚੋਂ, ਉਹ ਆਪਦੇ ਪੈਰਾਂ 'ਤੇ ਖੜ੍ਹਾ ਹੋਣ ਜੋਗਾ ਹੋਵੇ, ਕੁਛ ਕਰ ਸਕਦਾ ਹੋਵੇ, ਪੈਸੇ ਕਮਾ ਸਕਦਾ ਹੋਵੇ।
ਮਸਲਾ ਤਾਂ ਇਹੀ ਹੈ ਨਾ, ਗੱਲ ਇਹੀ ਹੈ ਜੀ, ਸਮਾਜ ਦੇ ਵਿੱਚ ਵਿਚਰਨਾ ਬੱਚੇ ਨੂੰ ਨਹੀਂ ਸਿਖਾਉਂਦੇ ਅਸੀਂ। ਜਿਹੜਾ ਬੱਚਾ 13 ਸਾਲ ਦਾ ਹੋ ਗਿਆ ਜੀ, ਜੀ 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 ਉਹਦੀ ਕੋਈ ਜ਼ਿੰਮੇਵਾਰੀ ਨਹੀਂ ਪਾਈ ਨਾ, ਉਹ ਪੜ੍ਹ ਕੇ ਹੋਇਆ ਉਹ ਮਤਲਬ ਗਾਹਾਂ ਦੀ ਜ਼ਿੰਮੇਵਾਰੀ। ਇੱਕ ਮਿੰਟ ਸਿਕੰਦਰ ਜੀ, ਮੈਂ ਤੁਹਾਨੂੰ ਦੱਸਦਾ ਜੀ, ਦੇਖੋ ਗੱਲ ਇਹ ਹੈ ਵੀ ਸੁਖਦੇਵ ਸਿੰਘ ਜੀ ਟੀਚਿੰਗ ਲਾਈਨ 'ਚ ਰਹੇ ਆ ਪਰ ਇਹ ਦੱਸ ਨਹੀਂ ਸਕੇ ਜਿਹੜੀ ਸਰਬਣ ਜੀ ਨੇ ਗੱਲ ਕਹੀ ਸੀਗੀ। ਮੈਂ ਦੱਸਦਾ ਤੁਹਾਨੂੰ ਕਿੱਡੀ ਮੰਦਭਾਗੀ ਖਬਰ ਹੈ ਕੱਲ੍ਹ ਦੀ ਵੀ ਸਾਡੇ ਜਿਹੜੇ ਸਟੂਡੈਂਟ ਆ 8ਵੀਂ ਅਤੇ 10ਵੀਂ ਦੇ ਉਹਨਾਂ ਦੀ 33% ਦੀ ਬਜਾਏ 20% ਕਰਤੇ, 20% ਨੰਬਰ ਲਊਗਾ ਜਿਹੜੇ ਆ ਅੱਗੇ ਉਹ ਪਾਸ ਹੈਗਾ। ਦੇਖੋ 20% ਪੰਜਵਾਂ ਹਿੱਸਾ 100 ਚੋਂ ਅਤੇ ਅੱਗੇ ਤੀਜਾ ਹਿੱਸਾ ਸੀਗਾ ਉਹਨੂੰ ਵੀ ਅਸੀਂ ਥਰਡ ਡਿਗਰੀ 'ਚ ਪਾਸ ਗਿਣਦੇ ਹੁੰਦੇ ਸੀਗੇ, ਹੁਣ 20% ਤਾਂ ਥਰਡ ਡਿਗਰੀ 'ਚ ਕਿੱਥੇ ਆ ਗਈ ਗੱਲ, ਤੁਸੀਂ ਵੇਖ ਲਓ ਜੀ। ਉਹਦੇ ਪਿੱਛੇ ਕਾਰਨ ਇੱਕ, ਦੇਖੋ ਵੈਸੇ ਸਾਡੇ ਬੱਚੇ ਅੱਜ ਕੱਲ੍ਹ ਬਹੁਤ ਇੰਟੈਲੀਜੈਂਟ ਹੈ, ਅਸੀਂ ਇਹ ਦੇਖਦੇ ਹਾਂ ਵੀ ਇੰਨਾ ਜ਼ਿਆਦਾ ਐਜੂਕੇਸ਼ਨ ਦੇ ਵਿੱਚ ਕੰਪੀਟੀਸ਼ਨ ਹੈ, ਬੱਚਾ 90, 95, 97 ਈਵਨ ਕਿ ਇੱਕ ਬੱਚੇ ਦਾ ਪਿੱਛੇ ਮੈਂ ਦੇਖਿਆ 99.97 ਉਹ ਬੰਦੇ ਬੱਚਿਆਂ ਨੇ ਮਾਰਕਸ ਲਏ। ਗੱਲ ਇਹ ਨਹੀਂ, ਗੱਲ ਕੱਲ੍ਹ ਵੀ ਜਿਹੜੀ ਆਪਾਂ ਸੱਤ ਕੀਤੀ ਸੀ ਉਹਦੀ ਹੈਡਿੰਗ ਮੈਂ ਇਹੀ ਪਾਈ ਸੀ ਵੀ ਬੱਚਿਆਂ ਨੂੰ ਇਕੱਲਾ ਪੜ੍ਹਾਓ ਨਾ, ਉਹਨਾਂ ਨੂੰ ਗਿਆਨ ਵੀ ਦਿਓ। ਜਿਹੜੀ ਪੜ੍ਹਾਈ ਅਸੀਂ ਉਹਨਾਂ ਨੂੰ ਪੜ੍ਹਾ ਦਿੰਦੇ ਹਾਂ ਉਹ ਮੈਨੂੰ ਲੱਗਦਾ ਠੀਕ ਹੈ, ਉਹਨਾਂ ਨੂੰ ਅਸੀਂ ਇੱਕ ਨੌਲੇਜ ਤਾਂ ਦੇ ਦਿੰਦੇ ਹਾਂ ਪਰ ਉਹਨਾਂ ਦੇ ਸਾਰੀ ਉਮਰ ਇੰਨੀ ਜ਼ਿਆਦਾ ਕੰਮ ਨਹੀਂ ਆਉਂਦੀ। ਜ਼ਿਆਦਾ ਕੰਮ ਕੀ ਆਉਣਾ ਵੀ ਤੁਹਾਡੇ ਮੌਲਿਕ ਅਧਿਕਾਰ ਕੀ ਨੇ, ਤੁਸੀਂ ਸਮਾਜ ਦੇ ਵਿੱਚ ਕਿੱਦਾਂ ਵਿਚਰਨਾ, ਤੁਸੀਂ ਗੁਰੂਆਂ ਦੀ ਬਾਣੀ ਕੌਣ ਪੜ੍ਹਾਉਂਦਾ, ਗੁਰੂਆਂ ਦੇ ਦਿੱਤੇ ਹੋਏ ਗੱਲ ਕਿੱਥੇ ਪੜ੍ਹਾਉਂਦਾ, ਅਸੀਂ ਤਾਂ ਆਪਣੇ ਥੋਪ ਦਿੰਦੇ ਹਾਂ ਫਿਰ ਹਰ ਵਾਰੀ ਅਸੀਂ ਕੋਈ ਨਾ ਕੋਈ ਚੀਜ਼ ਬਦਲ ਦੇਣਾ। ਜਿਸ ਤਰ੍ਹਾਂ ਸਰਵਣ ਹੋਰਾਂ ਨੇ ਇੱਕ ਗੱਲ ਕੀਤੀ ਵੀ ਨੱਥੂ ਰਾਮ ਗੌਡਸੇ ਦੀ, ਜਸਟ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ, ਕਿਸੇ ਦੀ ਨਿਗਾਹ ਦੇ ਵਿੱਚ ਉਹ ਬੰਦਾ ਬਹੁਤ ਵਧੀਆ ਸੀ ਅਤੇ ਕਿਸੇ ਦਾ ਦੀ ਨਿਗਾਹ ਦੇ ਵਿੱਚ ਉਹ ਬੰਦਾ ਬਹੁਤ ਮਾੜਾ ਸੀ। ਉਸੇ ਤਰੀਕੇ ਨਾਲ ਆਪਣਾ ਕਿਹਦਾ ਨਾਮ ਸੀਗਾ, ਭਗਤ ਸਿੰਘ ਨੂੰ ਕੁਛ ਲੋਕ ਤਾਂ ਕਹਿੰਦੇ ਸੀਗੇ ਯਾਰ ਵੀ ਇਹ ਤਾਂ ਆਤੰਕਵਾਦੀ ਸੀ, ਅਤੇ ਅਸੀਂ ਲੋਕ ਕਹਿੰਦੇ ਹਾਂ ਵੀ ਨਹੀਂ ਯਾਰ ਇਹ ਤਾਂ ਸਾਡਾ ਦੇਸ਼ ਭਗਤ ਸੀ। ਇਹ ਹਰ ਬੰਦੇ ਦੀ ਆਪੋ ਆਪਣੀ ਇੱਕ ਸੋਚ ਹੈ, ਉਹੀ ਗੱਲ ਹੈ, ਪਰ ਸੋਚ ਜਦੋਂ ਮਾੜੀ ਹੋ ਜਾਵੇ ਤਾਂ ਉਦੋਂ ਬਹੁਤ ਮਾੜਾ ਹੁੰਦਾ। ਅਮਰਜੋਤ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਦੇਖਣ ਵਾਲਿਆਂ ਨੂੰ ਵੀ। ਪਹਿਲਾਂ ਮੈਂ ਸੁਖਦੇਵ ਸਿੰਘ ਜੀ ਅਤੇ ਸਿਕੰਦਰ ਸਿੰਘ ਦੇ ਸਾਰਿਆਂ ਦੀਆਂ ਗੱਲਾਂ ਹੀ ਚੱਲ ਪਈਆਂ। ਵੈਸੇ ਮੈਂ ਇਹ ਦੇਖਿਆ ਵੀ ਬਿਨਾਂ ਸਿੱਖਿਅਤ ਲੋਕਾਂ ਨੂੰ ਪੜ੍ਹਾਈ ਦੇ ਵਿੱਚ ਦਿਖਾਇਆ ਜਾਂਦਾ, ਪੜ੍ਹਾਈ ਸਿਖਾਈ ਨਹੀਂ ਜਾਂਦੀ, ਉਹਨਾਂ ਦੀ ਗਿਣਤੀ ਵਧਾਈ ਜਾਂਦੀ ਹੈ। ਐਤਕੀ ਵੀ ਮੈਨੂੰ ਲੱਗਦਾ ਵੀ ਸ਼ਾਇਦ 10ਵੀਂ 11ਵੀਂ 'ਚ ਇਹੀ ਹੋਇਆ ਵੀ ਗ੍ਰੇਸ ਮਾਰਕ ਦੇ ਕੇ ਨੰਬਰ ਵਧਾ ਕੇ ਮਤਲਬ ਗਿਣਤੀ ਵਧਾਈ ਗਈ ਵੀ ਸਾਡਾ ਰਿਜ਼ਲਟ ਇੰਨੇ ਪ੍ਰਸੈਂਟ ਆ ਗਿਆ, ਜਦਕਿ ਬੱਚਿਆਂ ਨੂੰ ਇੰਨਾ ਪਤਾ ਨਹੀਂ ਹੁੰਦਾ। 8ਵੀਂ ਤੱਕ ਫੇਲ ਨਹੀਂ ਕਰਨਾ, ਉਹ ਮਤਲਬ ਬੱਚੇ ਤਾਂ ਦਿਮਾਗੀ ਤੌਰ 'ਤੇ ਤਾਂ ਉਹਨੇ ਉਹ ਨਹੀਂ ਹੁੰਦੇ ਪਰ ਉਹ ਗਿਣਤੀ ਜ਼ਰੂਰ ਹੁੰਦੀ ਹੈ ਵੀ ਇੰਨੇ ਬੱਚੇ ਅਸੀਂ ਐਜੂਕੇਟ ਕਰਤੇ, ਐਕਚੁਲੀ ਉਹ ਐਜੂਕੇਟ ਨਹੀਂ ਹੋਏ ਹੁੰਦੇ। ਦੂਜੀ ਗੱਲ ਹੈਗੀ ਹੈ, ਇਹਨਾਂ ਨੇ ਕਹੀ ਸੀਗੀ ਬਿਜਲੀ ਵਾਲੀ, ਦੇਖੋ ਵੀ ਜਿਹੜੇ ਪੁਰਾਣੀ ਸਰਕਾਰ ਨੇ ਸਮਝੌਤੇ ਕੀਤੇ ਆ ਬਿਜਲੀ ਦੇ, ਇਹ ਬਹੁਤ ਜ਼ਿਆਦਾ ਗਲਤ ਹੋਏ ਆ। ਬਾਕੀ ਜਿਹੜੇ ਸਮਝੌਤੇ ਕੀਤੇ ਉਹ ਥਰਮਲਾਂ 'ਤੇ ਜਿਹੜੇ 'ਚ ਕੋਲਾ ਵਰਤਿਆ ਜਾਂਦਾ ਜਿਹਦੇ ਨਾਲ ਪੋਲਿਊਸ਼ਨ ਵੀ ਬਹੁਤ ਹੁੰਦਾ ਅਤੇ ਬਿਜਲੀ ਵੈਸੇ ਹੀ ਮਹਿੰਗੀ ਪੈਂਦੀ ਆ ਉਹ 'ਚ, ਜਦਕਿ ਆਪਾਂ ਪੰਜਾਬ ਨੂੰ ਕਹਿੰਦੇ ਵੀ ਇਹ ਪਾਣੀਆਂ ਦਾ ਘਰ ਹੈ ਅਤੇ ਇੱਥੇ ਦੂਜੇ ਡੈਮ ਵਗੈਰਾ ਵੀ ਲਾ ਕੇ ਇਹੋ ਜਿਹੇ ਸਮਝੌਤੇ ਕੀਤੇ ਜਾਣੇ ਚਾਹੀਦੇ ਜਿਨ੍ਹਾਂ ਤੋਂ ਆਪਾਂ ਨੂੰ ਬਿਜਲੀ ਫਰੀ ਵਾਂਗੂ ਪੈਦਾ ਹੁੰਦੀ। ਪਹਿਲਾਂ ਇਨੀਸ਼ੀਅਲ ਕੋਸਟ ਤਾਂ ਉਹਨਾਂ ਦੀ ਹੁੰਦੀ ਹੈ ਪਰ ਬਾਅਦ 'ਚੋਂ ਬਿਜਲੀ ਫਰੀ ਹੁੰਦੀ ਹੈ। ਤੀਜੀ ਗੱਲ ਇੱਧਰ ਭਾਈ ਸਾਹਿਬ ਨੇ ਕਹੀ ਹੈ ਵੀ ਕਿਵੇਂ ਆਪਾਂ ਨੂੰ ਜਦੋਂ ਵੋਟਾਂ ਦਾ ਟਾਈਮ ਹੁੰਦਾ ਹੈ ਧਰਮਾਂ 'ਤੇ ਜਾਤਾਂ ਪਾਤਾਂ ਦੇ ਹਿਸਾਬ ਨਾਲ ਇਹ ਬਣਦੇ ਆ। ਪਿੱਛੇ ਜੇ ਇੱਥੇ ਭਾਜਪਾ ਨੇ ਕਿਹਾ ਸੀ, ਕਹਿੰਦੇ ਵੀ ਮੋਦੀ ਸਾਹਿਬ ਨੇ ਕਿਹਾ ਸੀ ਵੀ ਅਸੀਂ ਜੇ ਦਿੱਲੀ 'ਚ ਆ ਗਏ ਤਾਂ ਦਿੱਲੀ ਨੂੰ ਵਿਸ਼ਵ ਪੱਧਰ ਦਾ ਅਸੀਂ ਉਹ ਬਣਾ ਦਿਆਂਗੇ। ਪਰ ਮੈਂ ਇੱਕ ਗੱਲ ਪਹਿਲਾਂ ਵੀ ਕਹੀ ਸੀ, ਹੁਣ ਉਹਨਾਂ ਕੋਲ ਸਾਰਾ ਦੇਸ਼ ਹੈ ਇਹਨੂੰ ਵਿਸ਼ਵ ਪੱਧਰ ਦਾ ਬਣਾਉਣ, ਸਾਰੇ ਦੇਸ਼ ਨੂੰ ਬਣਾ ਦੇਣ, ਉਹ ਇੱਕ ਇੰਨੇ ਨੂੰ ਕਹਿੰਦੇ ਆ ਵੀ ਅਸੀਂ ਇਹਨੂੰ ਵਿਸ਼ਵ ਪੱਧਰ ਦਾ ਬਣਾ ਦਿਆਂਗੇ। ਫਿਰ ਕਿਵੇਂ ਕਿਵੇਂ ਕਰਕੇ ਵੀ ਆ ਜੇ ਇਹ ਆ ਗਏ ਤਾਂ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਿਆ ਕਰਨਗੇ ਫਲਾਨਾ, ਫਿਰ ਸਰਕਾਰ ਕਾਹਦੇ ਪਿੱਛੇ ਹੈ? ਜੇ
ਆਪਾਂ ਇਹੀ ਗੱਲ ਕਰਦੇ ਹਾਂ, ਬਾਹਰਲੇ ਮੁਲਕਾਂ 'ਚ ਹਰੇਕ ਕੰਟਰੀ ਦੇ ਲੋਕ ਹੈ ਜੀ, ਫਿਰ ਉਹ ਤਾਂ ਨਹੀਂ ਕਹਿੰਦੇ ਜੇ ਫਲਾਨੇ ਆ ਗਏ ਤਾਂ ਸਾਡੀ ਉਹ ਕਰਨਗੇ, ਉਹਨਾਂ ਦੀ ਕੰਟਰੋਲਿੰਗ ਪਾਵਰ ਹੈਗੀ ਹੈ, ਨਾ ਕਿ ਲੋਕਾਂ ਨੂੰ ਵੰਡਣ ਦੀ। ਇੱਥੇ ਸਿਸਟਮ ਵੰਡਣ ਦਾ ਜਾਤਾਂ ਪਾਤਾਂ 'ਚ ਧਰਮਾਂ 'ਚ ਇਹ ਕਰਕੇ ਮਤਲਬ ਇੱਥੇ ਇਹਨਾਂ ਨੇ ਆਪਦਾ ਠੱਕ ਠੱਕਾ ਚਲਾਇਆ ਵਾ। ਜਿੰਨਾ ਚਿਰ ਲੋਕ ਨਹੀਂ ਬੋਲਦੇ ਉਨਾ ਚਿਰ ਸਿਸਟਮ ਠੀਕ ਨਹੀਂ ਹੁੰਦਾ। ਵੇਖੋ ਵੀ ਮੈਂ ਸਰਕਾਰਾਂ ਦੀ ਨਹੀਂ ਗੱਲ ਕਰਦਾ, ਮੈਂ ਤਾਂ ਐਗਜ਼ਾਮਪਲ ਦਿੰਦਾ, ਚੋਰ ਨੇ ਤਾਂ ਚੋਰੀ ਕਰਨੀ ਹੈ ਜੇ ਘਰ ਵਾਲਾ ਨਹੀਂ ਬੋਲੂਗਾ। ਵੇਖੋ ਵੀ ਆਪਣੀਆਂ ਜੇਬਾਂ 'ਚੋਂ ਪੈਸੇ ਨਿਕਲੀ ਜਾਂਦੇ ਆ 10-10 ਰੁਪਏ, ਹੁਣ ਦਿੱਲੀ 'ਚ ਮੰਨ ਲਓ ਵੀ 2-3 ਰੁਪਈਏ ਬਿਜਲੀ ਕਹਿੰਦੇ ਆ, ਇਹ ਭਾਈ ਸਾਹਿਬ ਨੇ ਹਰਿਆਣੇ 'ਚ 4 ਰੁਪਈਏ ਆਖਿਆ, ਇੱਥੇ 10 ਰੁਪਈਏ, ਆਪਾਂ ਫਿਰ ਚੁੱਪ ਕਰਕੇ ਬੈਠੇ ਹਾਂ। ਉਹ ਆਪਾਂ ਬਿੱਲ ਭਰੀ ਜਾਂਦੇ ਹਾਂ, ਉਹ ਲਈ ਜਾਂਦੇ ਆ, ਜਿੰਨਾ ਚਿਰ ਆਪਾਂ ਨਹੀਂ ਬੋਲਾਂਗੇ ਇਹ ਸਿਸਟਮ ਠੀਕ ਨਹੀਂ ਹੋ ਸਕਦਾ। ਬਾਕੀ ਗੱਲ ਆ ਗਈ ਨਸ਼ਿਆਂ ਦੀ, ਇੱਥੇ ਲੰਬੀ ਥਾਣਾ ਹੈ ਜੀ, ਲੰਬੀ ਥਾਣੇ 'ਚ ਪੈਂਦਾ ਨਸ਼ਾ ਤਸਕਰਾਂ ਖਿਲਾਫ਼ ਸਬੂਤ ਜੁਟਾਉਣ ਵਾਲੇ ਸਾਬਕਾ ਫੌਜੀ ਦੀ ਕੁੱਟਮਾਰ। ਇਹ ਕਹਿੰਦੇ ਵੀ ਇਹਨੇ 33 ਸਾਲ ਦੀ ਸਰਵਿਸ ਕੀਤੀ ਸੀ, ਇਹਨੇ ਕਾਫੀ ਲਾਇਆ ਵੀ ਮੈਂ ਨਸ਼ੇ ਵਿਰੁੱਧ ਇਹਨੇ ਮੁਹਿੰਮ ਛੇੜੀ ਸੀਗੀ। 58 ਮੌਤ, ਉਹ ਕਹਿੰਦਾ ਵੀ ਪੰਜਾਬ ਵਿੱਚ ਨਸ਼ਾ ਤਸਕਰੀ ਖਿਲਾਫ਼ ਆਵਾਜ਼ ਉਠਾਉਣਾ ਵੀ ਮੌਤ ਨੂੰ ਦਾਵਤ ਦੇਣ ਦੇ ਤੁਲ ਹੋਇਆ ਪਿਆ। ਥਾਣਾ ਲੰਬੀ ਅਧੀਨ ਹੈ, ਉਹਨੇ ਕਾਫੀ ਵੀਡੀਓ ਵਗੈਰਾ ਬਣਾਈਆਂ ਸੀਗੀਆਂ ਇਹਦੀਆਂ, ਅਤੇ ਉਹਨਾਂ ਨੇ ਜਦੋਂ ਨਸ਼ਾ ਤਸਕਰਾਂ ਨੂੰ ਪਤਾ ਲੱਗਿਆ, ਨਾਲੇ ਤਾਂ ਉਹਦਾ ਮੋਬਾਈਲ ਭੰਨਤਾ ਜੀ 'ਚ ਵੀਡੀਓ ਬਣਾਈਆਂ ਸੀਗੀਆਂ, ਨਾਲੇ ਨਸ਼ਾ ਤਸਕਰਾਂ ਦੀਆਂ ਔਰਤਾਂ ਨੇ ਅਤੇ ਉਹ ਬੰਦਿਆਂ ਨੇ ਉਹਦੀ ਕੁੱਟਮਾਰ ਕੀਤੀ। ਉਹਨੇ ਥਾਣੇ 'ਚ ਵੀ ਉਹ ਰਿਪੋਰਟ ਲਿਖਾਈ ਹੈ, ਪਰ SHO ਕਹਿੰਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ। ਉਹ ਕਹਿੰਦੇ ਵੀ ਅਸੀਂ DGP ਨੂੰ ਵੀ ਬਹੁਤ ਈਮੇਲਾਂ ਕੀਤੀਆਂ, ਪਰ ਉਹਦਾ ਵੀ ਕੋਈ ਹੋਰ ਨਹੀਂ ਆਇਆ। ਅਤੇ ਕਹਿੰਦੇ ਵੀ ਇਹ ਪਿੰਡ ਵਾਲੇ ਬੋਲਣ ਦੀ ਜ਼ਰੂਰਤ ਹੀ ਨਹੀਂ ਕਰਦੇ, ਕਹਿੰਦੇ ਉਹ ਇੱਥੇ ਇੱਕ ਰਾਜਸੀ ਨੇਤਾ ਨੇ ਕਿਹਾ ਵੀ ਇਹ ਪਿੰਡ ਨਸ਼ਿਆਂ ਦੇ ਮੱਕੜ ਜਾਲ 'ਤੇ ਇੰਨੇ ਲੋਕ ਨਸ਼ਾ ਵੇਚ ਰਹੇ ਹੈ ਵੀ ਇੱਥੇ ਕੋਈ ਹਿੰਮਤ ਨਹੀਂ ਕਰ ਸਕਦਾ। ਕਹਿੰਦੇ ਜੇ ਲੋਕਾਂ ਨੂੰ ਕਿਹਾ, ਉਹਨਾਂ ਨੇ ਆਖਿਆ ਇੱਥੇ ਰਾਜੇ ਦੀ ਸਹੁੰ ਕੁਝ ਨਹੀਂ ਕਰ ਸਕੀ, ਅਸੀਂ ਤੁਹਾਡੇ ਨਾਲ ਗੱਲਾਂ ਕਰਕੇ ਜਾਨ ਨੂੰ ਖਤਰੇ ਵਿੱਚ ਨਹੀਂ ਪਾਉਣਾ। ਵੀ ਲੋਕ ਜਿਹੜਾ ਕੋਈ ਕ੍ਰਾਈਮ ਜਾਂ ਕੁਕਰਮ ਹੁੰਦਾ ਇੱਥੇ, ਉਹਦੇ ਵਾਸਤੇ ਹੁਣ ਬੋਲਣ ਦੀ ਹਿੰਮਤ ਨਹੀਂ ਕਰਦੇ। ਵੀ ਜਿਹੜਾ ਸਮਾਜ ਦੇ ਭੈੜੇ ਅੰਸਰਾਂ ਦਾ ਇੰਨਾ ਬੋਲਬਾਲਾ ਹੋ ਗਿਆ ਵੀ ਹੁਣ ਇੱਥੇ ਜਿੰਨਾ ਚਿਰ ਲੋਕ ਆਵਾਜ਼ ਨਹੀਂ ਉਠਾਉਂਦੇ ਤਾਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਇਹ ਢਾਈ ਜਾਣਗੇ। ਇਹ ਸਿਸਟਮ ਹੈ ਜਿਹੜਾ ਕਰਪਸ਼ਨ ਦਾ ਲਾ ਲਓ, ਨਸ਼ੇ ਦਾ ਲਾ ਲਓ, ਹੋਰ ਲਾ ਲਓ, ਇਹ ਵਧੀ ਹੀ ਜਾਊਗਾ। ਇਹ ਇੱਕ ਵਾਰੀ ਤਾਂ ਆਪਾਂ ਨੂੰ ਕੌੜਾ ਅੱਕ ਚੱਬਣਾ ਪਊ। ਜਿਹੜੀਆਂ ਸਰਕਾਰਾਂ ਉਹ ਤਾਂ ਕਹਿੰਦੀ ਗੱਲੀ ਬਾਤੀ ਮੈਂ ਵੱਡੀ ਅਤੇ ਕਰਤੂਤੀ ਵੱਡੀ ਜਠਾਣੀ, ਆਪ ਤਾਂ ਇਹ ਕੰਮ ਕਰਦੀਆਂ ਨਹੀਂ। ਆਮ ਹੀ ਇਹ ਕਹਾਵਤ ਆਉਂਦੀ ਹੈ ਅਤੇ ਗੱਲਾਂ ਬਾਤਾਂ 'ਚ ਵੀ ਅਸੀਂ ਸਭ ਤੋਂ ਵੱਡੇ ਹਾਂ, ਪਰ ਇਹਨਾਂ ਦੇ ਰਿਜ਼ਲਟ ਕੋਈ ਬਾਹਲੇ ਵਧੀਆ ਨਹੀਂ ਆਉਂਦੇ। ਪਿਛਲੀ ਸਰਕਾਰ ਦਾ ਵੀ ਦੇਖ ਲਓ ਤੁਸੀਂ ਕੀ ਹਾਲ ਸੀਗਾ, ਹੁਣ ਵਾਲੀ ਦਾ ਵੀ ਦੇਖ ਲਓ ਜੀ। ਬਿਲਕੁਲ, ਹਾਂਜੀ, ਜਿਸ ਤਰ੍ਹਾਂ ਸਰਦਾਰ ਅਮਰਜੋਤ ਜੀ ਨੇ ਗੱਲ ਕੀਤੀ ਕਿ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਨੇ ਉਹ ਇਹ ਕਹਿੰਦੀਆਂ ਵੀ ਕੀ ਸੀਗਾ ਵੀ ਗੱਲੀ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ, ਅਤੇ ਦੂਸਰਿਆਂ ਨੂੰ ਮਾੜਾ ਕਹਿਣਾ ਅਸੀਂ ਹਰ ਕੋਈ ਜਾਣਦੇ ਹਾਂ। ਅਸੀਂ ਦੂਸਰਿਆਂ ਨੂੰ ਜਦੋਂ ਮਾੜਾ ਕਹਿੰਦੇ ਹਾਂ ਇਹਦਾ ਮਤਲਬ ਅਸੀਂ ਆਪ ਪਹਿਲਾਂ ਮਾੜੇ ਹਾਂ। ਅਸੀਂ ਦੂਸਰਿਆਂ ਦੇ ਔਗਣ ਕਿਉਂ ਦੇਖਦੇ ਹਾਂ? ਅਸੀਂ ਇਹ ਦੇਖੀਏ ਵੀ ਅਸੀਂ ਚੰਗਾ ਕੀ ਕਰ ਰਹੇ ਹਾਂ। ਅਸੀਂ ਦੂਸਰੇ ਦੀ ਗੱਲ ਨੂੰ ਛੱਡ ਦਈਏ ਨਾ, ਮਾੜੀ ਗੱਲ ਜਿਹੜੀ ਸਾਨੂੰ ਲੱਗਦੀ ਹੈ, ਸਾਡੇ ਵੱਡ ਵਡੇਰੇ ਵੀ ਸਾਨੂੰ ਸਿਖਾਉਂਦੇ ਨੇ ਵੀ ਪੁੱਤਰ ਜੀ ਜੇ ਤੁਹਾਨੂੰ ਕੋਈ ਚੰਗੀ ਗੱਲ ਸਿੱਖਣ ਨੂੰ ਮਿਲਦੀ ਹੈ ਤੁਸੀਂ ਉਹ ਸਿੱਖ ਲਓ, ਮਾੜੀ ਉੱਥੇ ਹੀ ਛੱਡ ਦਿਓ, ਉਹਦਾ ਜ਼ਿਕਰ ਵੀ ਨਾ ਕਰੋ। ਤੁਸੀਂ ਇਹ ਦੇਖੋ ਵੀ ਅਸੀਂ ਚੰਗਾ ਕੀ ਕਰ ਰਹੇ ਹਾਂ, ਅਸੀਂ ਇਹ ਗੱਲ ਦੇਖਣੀ ਹੈ। ਸਰਦਾਰ ਕੁਲਦੀਪ ਸਿੰਘ ਜੀ ਨੂੰ ਪੁੱਛਦੇ ਹਾਂ ਵੀ ਇਹਨਾਂ ਦਾ ਕੀ ਕਹਿਣਾ। ਸਰਦਾਰ ਕੁਲਦੀਪ ਸਿੰਘ, ਦੇਖੋ ਜੀ, ਇਸ ਤਰ੍ਹਾਂ ਐਜੂਕੇਸ਼ਨ ਦੀ ਗੱਲ ਚੱਲਦੀ ਸੀਗੀ ਵੀ ਜਿਵੇਂ ਬੱਚੇ ਪੜ੍ਹਾਈ ਕਰਦੇ ਆ ਵੀ ਉਹ 10ਵੀਂ ਤੱਕ ਕਰਕੇ, ਪਲੱਸ 2 ਕਰਕੇ, 12ਵੀਂ ਤੱਕ ਕਰਕੇ, ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਸੀਗਾ ਵੀ ਡਿਪਲੋਮੇ ਜਾਂ ਡਿਗਰੀਆਂ ਵਾਲੀ ਗੱਲ ਸੀਗੀ। ਵੀ ਪੰਜਾਬ ਦੇ ਵਿੱਚ ਬਹੁਤ ਸਾਰਾ ਅਣਗਿਣਤੀ ਕਾਲਜ ਖੁੱਲ੍ਹੇ ਇਸ ਤਰ੍ਹਾਂ ਦੇ ਜਿਹੜੇ ਡਿਪਲੋਮੇ ਕਰਾਉਂਦੇ, ਡਿਗਰੀਆਂ ਕਰਾਉਂਦੇ, ਪਰ ਉਹਨਾਂ ਕੋਲ ਨੀਤੀਗਤ ਢਾਂਚਾ ਕੋਈ ਨਹੀਂ ਸੀਗਾ। ਇਸ ਤਰ੍ਹਾਂ ਵੀ ਜਿਵੇਂ ਹੁਣ ਡਿਗਰੀ ਕਰਾਉਂਦੇ ਆ ਜੀ, ਕੋਈ ਮਕੈਨੀਕਲ ਇੰਜੀਨੀਅਰ ਦੀ ਡਿਗਰੀ ਕਰ ਰਿਹਾ ਬੱਚਾ,
ਉਸ ਕਾਲਜ ਦੇ ਵਿੱਚ ਤਾਂ ਮਕੈਨੀਕਲ ਦਾ ਕੁਛ ਵੀ ਨਹੀਂ, ਇਕੱਲੇ ਕਲਾਸਰੂਮ ਬਣਾ ਰੱਖਿਆ ਜਾਂ ਕਿਤਾਬਾਂ ਪੜ੍ਹਾ ਰਹੇ ਹੈ। ਜਦੋਂ ਪਾਸ ਆਊਟ ਹੋ ਕੇ ਜਾਊਗਾ ਉਹ ਫੀਲਡ ਦੇ ਵਿੱਚ ਜਾ ਕੇ ਕੀ ਕਰੂਗਾ ਜੀ? ਤਾਂ ਹੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਤਾਂ ਹੀ ਉਹ ਕੁਛ ਆਪਣਾ ਕੁਛ ਦਿਖਾ ਨਹੀਂ ਸਕਦੇ, ਅਤੇ ਕੁਛ ਉਹਨਾਂ ਢਾਂਚਾ ਚਾਹੀਦਾ ਹਰੇਕ ਤਰ੍ਹਾਂ ਦਾ। ਜਿਵੇਂ ਹੁਣ ਮੈਂ ਮਿਸਾਲ ਦੇਵਾਂ ਵੀ ਸਾਡੇ ਬੱਚੇ ਨੇ ਡਿਗਰੀ ਕਰੀ ਹੈ ਮਕੈਨੀਕਲ ਇੰਜੀਨੀਅਰ ਦੀ ਇੱਥੇ ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕਾਲਜ ਵਿੱਚੋਂ ਵੀ, ਉੱਥੇ ਮਕੈਨੀਕਲ ਬਲੋਕ ਸੀਗਾ ਇੱਕ ਪ੍ਰੋਪਰ, ਸਭ ਤਰ੍ਹਾਂ ਦੀ ਸਹੂਲਤ ਸੀਗੀ। ਅਤੇ ਇਹਦੇ ਮੁਕਾਬਲੇ 'ਚ ਜਿਹੜਾ ਦੂਜਾ ਖੁੰਬਾ ਵਾਂਗੂ ਖੁੱਲ੍ਹੇ ਹੋਏ ਕਾਲਜ ਆ ਉਹਨਾਂ ਦੇ ਵਿੱਚ ਕੁਛ ਵੀ ਨਹੀਂ, ਉਹਦੇ ਮੁਕਾਬਲੇ 'ਚ ਬੱਚੇ ਕੀ ਸਿੱਖੇ ਹੋਣਗੇ? ਅਤੇ ਤਾਂ ਹੀ ਹੁਣ ਦਾਖਲੇ ਬੰਦ ਹੋ ਗਏ ਜੀ, ਉਹ ਕਾਲਜ ਵਾਲੇ ਪਿੱਟਦੇ ਆ ਵੀ ਸਾਡੇ ਕੋਲ ਆ ਜਾਓ ਦਾਖਲੇ ਲੈ ਲਓ, ਦਾਖਲੇ ਲੈ ਲਓ, ਉੱਥੇ ਦਾਖਲੇ ਲੈਣ ਨੂੰ ਨਹੀਂ ਤਿਆਰ, ਇੰਜੀਨੀਅਰਿੰਗ ਵਿੱਚ ਬੱਚੇ ਜਾਣ ਨੂੰ ਨਹੀਂ ਤਿਆਰ। ਤਾਂ ਸਰਕਾਰ ਨੂੰ ਵੀ ਇਹਦਾ ਧਿਆਨ ਦੇਣਾ ਚਾਹੀਦਾ, ਲੋਕਾਂ ਨੂੰ ਵੀ ਸੋਚਣਾ ਚਾਹੀਦਾ। ਉਹ ਕਾਲਜ ਤੇ ਜੀ ਆਈਲੈਟਸ ਨਹੀਂ ਖਤਮ ਕਰਤੇ? ਹਾਂਜੀ, ਚਲੋ ਆਈਲੈਟਸ ਤਾਂ ਹੀ ਹੋ ਗਿਆ ਜੀ, ਵੀ ਉਹਨਾਂ ਨੂੰ ਇਸ ਫੀਲਡ ਦੇ ਵਿੱਚ ਕੁਝ ਨਜ਼ਰ ਨਹੀਂ ਆਇਆ ਤੇ ਬੱਚੇ ਦੂਜੇ ਪਾਸੇ ਨੂੰ ਮੂਵ ਕਰ ਗਏ। ਭੱਜਣ ਲੱਗ ਗਏ, ਕਾਲਜ ਆਪਣੇ ਆਪ ਹੀ ਫੇਲ ਹੋਣੇ ਕਰ ਲੈਣਗੇ ਤੇ ਜੌਬ ਦੇਵਾਂਗੇ, ਜੌਬ ਉਹਨਾਂ ਨੇ ਦੇਣੀ ਨਹੀਂ ਜੀ। ਵੇਖੋ ਇੱਥੇ ਜਿਹੜੇ ਇੱਕ ਸਟੈਪ ਹੀ ਹੈ ਜੀ, ਉਦੋਂ ਹਾਂ ਇੱਥੇ ਜਿਹੜੇ ਲੋਕ ਹੈ ਨਾ ਬੜੇ ਆਪਦੇ ਹਿਸਾਬ ਨਾਲ ਮਾਂ ਪਿਓ ਦੇ ਘਰਾਂ ਜਿਵੇਂ ਆਪਣੇ ਹੁੰਦੇ ਆਪਦੇ ਪਰ ਘਰਾਂ 'ਚ ਰਹੀ ਜਾਂਦੇ ਆ, ਪਰ ਉੱਥੇ ਜੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ। ਪਰ ਲੋਕ ਫਿਰ ਵੀ ਉਸ ਨੂੰ ਚੁਣਦੇ ਆ, ਬਾਹਰ ਜਾਣਾ ਕਹਿੰਦੇ ਸਾਨੂੰ ਠੀਕ ਹੈ, ਜੀਰੋ ਤੋਂ ਸ਼ੁਰੂ ਕਰਕੇ ਉੱਥੇ ਆਪ ਬਿਨਾਂ ਮਾਂ ਪਿਓ ਦੀ ਇੱਥੋਂ ਆਰਥਿਕ ਸਪੋਰਟ ਤਾਂ ਹੁੰਦੀ ਹੈ ਪਰ ਉੱਥੇ ਉਹ ਇਕੱਲੇ ਹੁੰਦੇ ਆ, ਯਾਰਾਂ ਦੋਸਤਾਂ ਦੀ ਸਪੋਰਟ ਲੈ ਲਈ ਕਿਸੇ ਤੋਂ ਲੈ ਕੇ, ਫਿਰ ਵੀ ਉਹਨੂੰ ਚੰਗਾ ਮੰਨਦੇ ਆ। ਉਹ ਲੋਕ ਕਾਮਯਾਬ ਇਸ ਲਈ ਹੈ ਜੀ, ਉਹ ਚੰਗੇ ਮਤਦਾਤਾ ਤਾਂ ਹੈਗੇ ਹੀ ਆ ਪਰ ਚੰਗੇ ਨਾਗਰਿਕ ਵੀ ਹੈ ਜੀ। ਜੱਗੇ ਇਕੱਲੇ ਮਤਦਾਤਾ ਚੰਗਾ, ਚੰਗੇ ਬੰਦੇ ਨੂੰ ਵੋਟ ਪਾਉਣ ਨਾਲ ਵੀ ਸਿਸਟਮ ਨਹੀਂ ਸੁਧਾਰ ਹੋਣਾ ਜਿੰਨੀ ਦੇਰ ਤੱਕ ਤੁਸੀਂ ਚੰਗੇ ਨਾਗਰਿਕ ਨਹੀਂ ਬਣਦੇ ਜੀ। ਬਿਲਕੁਲ, ਇਹ ਦੇਖੋ ਉਹੀ ਗੱਲ ਹੈ ਕਿ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ, ਤੁਸੀਂ ਚੰਗੇ ਬੰਦੇ ਉਦੋਂ ਤੱਕ ਨਹੀਂ ਬਣਦੇ ਜਦੋਂ ਤੱਕ ਤੁਸੀਂ ਚੰਗੇ ਨਾਗਰਿਕ ਨਹੀਂ ਬਣਦੇ। ਦੇਖੋ ਹਾਂਜੀ ਹਾਂਜੀ ਪਲੀਜ਼, ਚੰਗੇ ਨਾਗਰਿਕ ਇਹੀ ਲੋਕ, ਇੱਥੇ ਆਪਾਂ ਕਹਿੰਦੇ ਮਾੜੇ ਨਾਗਰਿਕ ਹੈ ਗੰਦ ਪਾਉਂਦੇ, ਇਹੀ ਲੋਕ ਜਾ ਕੇ ਉੱਥੇ ਕੈਨੇਡਾ ਅਮਰੀਕਾ ਜਾ ਕੇ ਚੰਗੇ ਨਾਗਰਿਕ ਬਣ ਜਾਂਦੇ। ਮੈਂ ਕਹਿੰਦਾ ਨਾ ਇੱਥੇ ਆਪਾਂ ਕਹਿੰਦੇ ਗੰਦ ਪੈਂਦਾ, ਉੱਥੇ ਜਾ ਕੇ ਚੰਗੇ ਕਿਉਂ ਬਣ ਜਾਂਦੇ ਆ? ਕਿਉਂਕਿ ਉੱਥੇ ਕਾਨੂੰਨ ਲਾਗੂ ਹੁੰਦਾ, ਉੱਥੇ ਕਾਨੂੰਨ ਹੈਗਾ। ਇਹੀ ਲੋਕ ਇੱਥੇ ਨਸ਼ੇ ਕਰਦੇ ਆ, ਉੱਥੇ ਜਾ ਕੇ ਨਸ਼ੇ ਕਰਨ ਨੂੰ ਹਟ ਜਾਂਦੇ ਆ। ਕਿਉਂ ਬਈ? ਇਹੀ ਪੰਜਾਬੀ ਬਦਨਾਮ ਤਾਂ ਉੱਥੇ ਉੱਥੇ ਵੀ ਹੈ ਜੀ ਸਾਰਾ। ਦੇਖੋ ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਦੇਖੋ ਹਰ ਜਗ੍ਹਾ ਤੇ ਹੈ ਜੇ ਜਿਹੜੀ ਕ੍ਰਾਈਮ ਕਰਦਾ ਤੇ ਉਹਨਾਂ 'ਚ ਹਿੰਮਤ ਹੈ ਕੰਪਲੇਂਟ ਕਰਨ ਦੀ। ਜਦੋਂ ਸਨੀ ਹਿੰਦੁਸਤਾਨੀ ਬਠਿੰਡੇ 'ਚ ਆਇਆ ਤਾਂ ਮੈਂ ਉਹਨੂੰ ਕਵਰੇਜ ਕਰਨ ਦੇ ਲਈ ਗਿਆ, ਧੋਬੀ ਬਾਜ਼ਾਰ ਉਹ ਜਦੋਂ ਗਿਆ ਤਾਂ ਉਹਦੇ ਮੈਂ ਪਿੱਛੇ ਜਾ ਰਿਹਾ ਤਾਂ ਪਿੱਛੇ ਇੱਕ ਗਲੀ ਹੈ ਜਿਹਦੇ ਵਿੱਚ ਪਰਸਾਂ ਵਾਲੀ ਗਲੀ ਕਹਿ ਦਿੰਦੇ ਉਹਨੂੰ ਸ਼ਾਇਦ, ਤਾਂ ਉਸ ਗਲੀ ਦੇ ਵਿੱਚੋਂ ਕੁਝ ਲੋਕ ਖੜ੍ਹੇ ਸੀਗੇ ਅਤੇ ਮੈਂ ਦੇਖਿਆ, ਮੈਂ ਕਿਹਾ ਰਸ਼ ਕਾਹਦਾ? ਕਹਿੰਦੇ ਜੀ ਕਿਸੇ ਮੁੰਡੇ ਨੂੰ ਕੋਈ ਠੋਕਰ ਮਾਰ ਕੇ ਚਲਾ ਗਿਆ, ਕਿਸੇ ਨੇ ਠੋਕਰ ਲੱਗੀ ਤਾਂ ਮੁੰਡਾ ਡਿੱਗ ਪਿਆ। ਹੁਣ ਤੁਸੀਂ ਇਹ ਦੇਖੋ ਕਿ ਮੈਂ ਚਲੋ ਉਸ ਦੀ ਕਵਰੇਜ ਨੂੰ ਛੱਡਿਆ ਅਤੇ ਮੈਂ ਇੱਧਰਲੇ ਪਾਸੇ ਹੋਇਆ, ਮੈਂ ਕਿਹਾ ਦੇਖੀ ਤਾਂ ਸੀ ਉਹ ਮੁੰਡਾ ਥੱਲੇ ਡਿੱਗਿਆ ਪਿਆ, ਉਹਦੇ ਕੰਨ 'ਚੋਂ ਖੂਨ ਨਿਕਲ ਰਿਹਾ, ਲੋਕ ਉਹਦੇ ਆਸੇ ਪਾਸੇ ਖੜ੍ਹੇ ਆ, ਜਿਹੜੇ ਬੰਦੇ ਇੱਕ ਦੋ ਜਾਣਨ ਵਾਲੇ ਆਏ ਉਹ ਉਹਨੂੰ ਪੁੱਛ ਰਿਹਾ ਉਹਦਾ ਨਾਂ ਲੈ ਕੇ, ਉਹ ਯਾਰ ਤੈਨੂੰ ਕੀ ਹੋਇਆ? ਉਹ ਬੱਚਾ ਡਿੱਗਿਆ ਪਿਆ, ਕੋਈ ਉਹਨੂੰ ਚੁੱਕਦਾ ਨਹੀਂ ਪਿਆ, ਸਿਰਫ ਦੇਖ ਰਿਹਾ ਵੀ ਹੋਇਆ ਕੀ ਹੈ। ਇਹ ਡਰਾਮਾ ਲੋਕ ਅਸੀਂ ਕਰਦੇ ਹਾਂ ਇੱਥੇ, ਉਹਦੇ ਤੁਸੀਂ ਇਹ ਦੇਖੋ ਉਹਦੇ ਬੰਦੇ 'ਚ ਇਹਦੇ ਕੰਨ 'ਚੋਂ ਖੂਨ ਨਿਕਲ ਰਿਹਾ, ਤੁਸੀਂ ਉਹਨੂੰ ਚੁੱਕੋ ਤਾਂ ਸੀ, ਇੱਕ ਬੰਦਾ ਫਿਰ ਉਹ ਆਇਆ, ਦੂਸਰਾ ਉਹ ਯਾਰ ਤੈਨੂੰ ਕੀ ਹੋਇਆ? ਫਿਰ ਮੈਂ ਬੋਲਿਆ, ਮੈਂ ਕਿਹਾ ਮੇਰੇ ਵੀਰ ਉਹ ਜਿਹੜਾ ਡਿੱਗਿਆ ਪਿਆ ਜਿਹਨੂੰ ਹੋਸ਼ ਨਹੀਂ ਉਹ ਤੁਹਾਨੂੰ ਉੱਠ ਕੇ ਕਿੱਦਾਂ ਦੱਸੇ? ਬੇਹੋਸ਼ ਆਦਮੀ ਤੁਹਾਨੂੰ ਦੱਸ ਸਕਦਾ ਵੀ ਮੈਨੂੰ ਕੀ ਹੋਇਆ? ਤੁਹਾਡਾ ਸਾਡਾ ਸਾਰਿਆਂ ਦਾ ਫਰਜ਼ ਇਹ ਬਣਦਾ ਕਿ ਅਸੀਂ ਉਹਨੂੰ ਚੁੱਕੀਏ ਅਤੇ ਹਸਪੀਟਲ ਲੈ ਕੇ ਜਾਈਏ। ਇਹਦੇ ਨਾਲ ਅਸੀਂ ਥੋੜ੍ਹਾ ਜਿਹਾ ਚੰਗੇ ਨਾਗਰਿਕ ਬਣੀਏ। ਅਸੀਂ ਤਾਂ ਉਹ ਲੋਕ ਆ ਜਿਹੜੇ ਸੁੱਤੇ ਪਏ ਨੂੰ ਵੀ ਉਠਾ ਕੇ ਕਹਿ ਦਿੰਦੇ, ਕਿਉਂ ਸੁੱਤਾ ਪਿਆ? ਇਹ ਕਮੀਆਂ ਸਾਡੇ 'ਚ ਇੱਥੇ ਵੀ ਨੇ, ਪਰ
ਅਮਰਜੋਤ ਜੀ ਦੀ ਗੱਲ ਵੀ ਬਹੁਤ ਸਹੀ ਹੈ ਕਿ ਉੱਥੇ ਜਾ ਕੇ ਅਸੀਂ ਲੋਕ ਕਿੱਦਾਂ ਸੁਧਰ ਜਾਂਦੇ ਹਾਂ। ਮੈਂ ਤੁਹਾਨੂੰ ਦੱਸਦਾ, ਚੰਡੀਗੜ੍ਹ 'ਚ ਵੀ ਸੁਧਰ ਜਾਂਦੇ ਹਾਂ। ਮੇਰੇ ਬ੍ਰਦਰ ਇਨ ਲਾ ਦਾ ਬੇਟਾ, ਮੈਂ ਤੁਹਾਨੂੰ ਦੱਸਦਾ, ਮੇਰੇ ਬ੍ਰਦਰ ਇਨ ਲਾ ਦਾ ਬੇਟਾ ਇੱਥੋਂ ਕੈਨੇਡਾ ਗਏ ਨੂੰ ਪੌਣੇ ਕੁ 2 ਸਾਲ ਹੋਏ ਆ। ਉਹ ਇੱਥੇ ਡੱਕਾ ਨਹੀਂ ਸੀ ਤੋੜਦਾ। ਮਾਂ ਪਿਓ ਸਵੇਰੇ ਉਹਨੂੰ ਕਹਿੰਦੇ ਰਹਿੰਦੇ ਸੀ ਵੀ ਪੁੱਤਰ ਜੀ ਉੱਠ ਜਾਓ, ਉੱਠ ਕੇ ਪੜ੍ਹ ਲਓ। ਉਹੀ ਬੱਚਾ ਜਾ ਕੇ ਅੱਜ ਉੱਥੇ ਆਪਣੀਆਂ ਆਪ ਰੋਟੀਆਂ ਬਣਾਉਂਦਾ, ਆਪ ਸਵੇਰੇ ਜ਼ਿੰਮੇਵਾਰੀ ਨਾਲ ਉੱਠਦਾ, ਕੰਮ ਵੀ ਜਾਂਦਾ, ਪੜ੍ਹਦਾ ਵੀ ਹੈ ਅਤੇ 4 ਪੈਸੇ ਵੀ ਕਮਾਉਂਦਾ। ਇਹ ਅਸੀਂ ਲੋਕ ਉੱਥੇ ਜਾ ਕੇ ਕਿਉਂ ਸੁਧਰ ਜਾਂਦੇ ਹਾਂ? ਮੈਂ ਇਹੀ ਗੱਲ ਕਰਦਾ ਕਿਉਂਕਿ ਇੱਥੇ ਸਾਨੂੰ ਸਾਡੇ ਮਾਂ ਪਿਓ ਨੇ ਬੜਾ ਲਾਡਲਾ ਰੱਖਿਆ ਹੋਇਆ, ਸਾਨੂੰ ਕਹਿੰਦੇ ਵੀ ਠੀਕ ਹੈ। ਉੱਧਰੋਂ ਸਾਨੂੰ ਸਮਾਜ ਵੀ ਕੁਛ ਇਸ ਤਰੀਕੇ ਨਾਲ ਮਿਲਿਆ ਕਿਉਂਕਿ ਅਸੀਂ ਜਿੱਥੇ ਮਰਜ਼ੀ ਗੰਦ ਪਾ ਸਕਦੇ ਹਾਂ, ਅਸੀਂ ਜਿਹੜਾ ਮਰਜ਼ੀ ਰੂਲ ਤੋੜ ਸਕਦੇ ਹਾਂ। ਸਾਨੂੰ ਇਹ ਨਹੀਂ ਵੀ ਅਸੀਂ ਰੂਲ ਫੋਲੋ ਕਰਨੇ ਆ, ਉੱਥੇ ਤੁਸੀਂ ਰੂਲ ਫੋਲੋ ਕਰਨੇ ਆ, ਉੱਥੇ ਤੁਹਾਡੇ ਲਈ ਕੁਛ ਬੰਦਿਸ਼ਾਂ ਨੇ। ਇੱਥੇ ਸਾਡੀਆਂ ਹੈ ਨਹੀਂ ਨਾ, ਉੱਥੇ ਮਾਂ ਨਹੀਂ ਬੈਠੀ ਜਿੰਨੇ ਰੋਟੀਆਂ ਬਣਾ ਕੇ ਦੇਣੀਆਂ। ਉੱਥੇ ਕੋਈ ਇੱਦਾਂ ਦਾ ਸਿਫਾਰਸ਼ ਕਰਨ ਵਾਲਾ ਨਹੀਂ, ਫੋਨ ਨਹੀਂ ਕਰਦਾ ਕੋਈ ਵੀ ਹਾਂਜੀ ਮਹਾਰਾਜ ਆਪਣਾ ਬੰਦਾ ਇਹਦਾ ਚਲਾਣ ਛੱਡ ਦਿਓ। ਇਹ ਸਿਸਟਮ ਜਿਹੜਾ ਉੱਥੇ ਨਹੀਂ ਹੈਗਾ। ਇਸ ਕਰਕੇ ਜੇ ਸਾਡਾ ਸਿਸਟਮ ਇੱਥੇ ਇੱਦਾਂ ਦਾ ਹੋਵੇ ਤਾਂ ਮੈਨੂੰ ਲੱਗਦਾ ਵੀ ਸਾਡਾ ਇਹ ਦੇਸ਼, ਇਹ ਸਾਡਾ ਸਮਾਜ ਵੀ ਸੁਧਰ ਜਾਵੇ। ਅੱਜ ਸਾਥ ਦੇ ਵਿੱਚ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ।